ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਫਿਰ ਇਕੱਠੇ ਹੋ ਕੇ ਬੈਠੇ ਹਾਂ, ਬਿਊਟੀਫੁਲ ਡੇ ਹੈ ਬਾਹਰ, ਔਰ ਯੂ ਨੋ ਜੋ ਅਸੀਂ ਇੱਥੇ ਕਰਦੇ ਹਾਂ ਉਹਦੇ ਵਾਸਤੇ ਪ੍ਰੋਮਿਸ ਕੀਤਾ ਹੋਇਆ ਹੈ। ਸੋ ਵੰਸ ਅਗੇਨ ਥੈਂਕ ਯੂ ਸੋ ਮੱਚ ਫੋਰ ਬੀਇੰਗ ਵਿਦ ਮੀ। ਬੜੀ ਪੇਸ਼ੈਂਸ ਨਾਲ ਤੁਸੀਂ ਗੱਲ ਸੁਣਦੇ ਹੋ। ਆਈ ਨੋ ਕਿ ਕਈ ਵਾਰੀ ਯੂ ਨੋ ਕਿਤਨੀ ਫੋਨ ਕਾਲਸ, ਕਿਤਨੀ ਈਮੇਲਸ ਦੇ ਰਾਹੀਂ ਮੈਨੂੰ ਕਿੱਸਾ ਸੁਣਿਆ ਹੁੰਦਾ ਮੈਂ, ਐਂਡ ਦੈਨ ਵਿਦ ਇਨ ਫਿਊ ਮਿਨਟਸ ਮੈਂ ਤੁਹਾਨੂੰ ਦੱਸਦੀ ਹਾਂ, ਐਂਡ ਯੂ ਟਰਾਈ ਟੂ ਅੰਡਰਸਟੈਂਡ ਦ ਹੋਲ ਥਿੰਗ, ਐਂਡ ਯੂ ਨੋ ਕੋਸ਼ਿਸ਼ ਕਰਦੇ ਹੋ ਕਿ ਤੁਸੀਂ ਬੈਸਟ ਆਪਣਾ ਆਨਸਰ ਦੇ ਸਕੋ। ਸੋ ਹਰ ਟਾਈਮ ਦੀ ਤਰ੍ਹਾਂ ਅੱਜ ਵੀ ਆਰਾਮ ਨਾਲ ਬੈਠ ਕੇ ਪੂਰੀ ਗੱਲ ਸੁਣੋ। ਇੱਕ ਯੂ ਨੋ ਵੀਰ ਹੈ ਜਿਹਨੇ ਸਾਨੂੰ ਕਾਲ ਕੀਤੀ ਹੈ, ਉਹ ਸਾਡਾ ਪੰਜਾਬੀ ਦਾ ਸ਼ੋਅ ਦੇਖਦੇ ਨੇ, ਔਰ ਉਹਨਾਂ ਦੀ ਵਾਈਫ ਪੰਜਾਬੀ ਨਹੀਂ ਬੋਲਦੀ, ਸੋ ਸ਼ੀ ਡਜ਼ਨਟ ਵਾਚ ਅਸ। ਕਹਿ ਰਹੇ ਨੇ ਕਿ ਪਰੇਸ਼ਾਨ ਨੇ, ਇੱਕ ਬੱਚੀ ਹੈ ਬਹੁਤ ਪਿਆਰੀ ਹੈ ਇਹਨਾਂ ਨੂੰ, ਕਹਿ ਰਹੇ ਵਾਈਫ ਮੈਨੂੰ ਨਹੀਂ ਪਤਾ ਉਹਦੇ ਦਿਮਾਗ 'ਚ ਕੀ ਚੱਲਦਾ, ਅੱਲਾ ਨੇ ਉਹਦਾ ਦਿਮਾਗ ਕਿਹੋ ਜਿਹਾ ਬਣਾਇਆ ਕਿ ਬਹੁਤ ਸ਼ੱਕ ਕਰਦੀ ਹੈ, ਔਰ ਯੂ ਨੋ ਕੋਈ ਵੀ ਚੀਜ਼ ਕਰੋ ਬਸ 3600 ਸਵਾਲ ਹੈ, ਬਟ ਸਭ ਤੋਂ ਜ਼ਿਆਦਾ ਕਿ ਮੈਂ ਮੀਟਿੰਗ 'ਚ ਹੋਵਾਂਗਾ, ਕਿਸੇ ਨਾਲ ਹੋਵਾਂਗਾ, ਅਗਰ ਫੋਨ ਆਉਂਦਾ ਹੈ ਤਾਂ ਬਾਏ ਚਾਂਸ ਮੈਂ ਨਾ ਚੁੱਕ ਸਕਾਂ ਫਿਰ ਤਾਂ ਬਹੁਤ ਮੁਸ਼ਕਿਲ ਹੈ, ਪਰ ਅਗਰ ਫੋਨ ਮੈਂ ਚੁੱਕ ਲੈਂਦਾ ਤਾਂ ਫੇਸ ਟਾਈਮ ਕਰੋ, ਮੈਨੂੰ ਦਿਖਾਓ ਤੁਸੀਂ ਕਿੱਥੇ ਹੋ, ਜਾਂ ਫਿਰ ਜਿਹਦੇ ਨਾਲ ਹੁੰਦੇ ਆ ਉਹਦੇ ਨਾਲ ਗੱਲ ਕਰਾਓ। ਸੋ ਇਸ ਚੀਜ਼ ਤੋਂ ਪਹਿਲੇ ਕਹਿੰਦੇ ਮੈਂ ਬੜਾ ਪਰੇਸ਼ਾਨ ਰਿਹਾ, ਹੁਣ ਇਹਨਾਂ ਦੇ ਵਿਆਹ ਨੂੰ 7 ਸਾਲ ਹੋ ਚੁੱਕੇ ਹੈ, 4 ਸਾਲ ਦੀ ਕੁੜੀ ਹੈ, ਐਂਡ ਇੰਟਰ ਰਿਲੀਜੀਅਸ ਇੰਟਰ ਕਾਸਟ ਮੈਰਿਜ ਹੈ। ਸੋ ਇਹ ਕਹਿੰਦੇ ਨੇ ਕਿ ਜਦੋਂ ਵੀ ਕਿੱਥੇ ਵੀ ਜਾਵਾਂ, ਮਤਲਬ ਇਹ ਇੱਕ ਬੜਾ ਹੀ ਐਕਸਪਲੇਨ ਕਰਨਾ, ਤਾਂ ਹੁਣ ਮੈਂ ਇਹਨੂੰ ਹਿਊਮਰ 'ਚ ਲੈ ਗਿਆ ਕਿ ਮੈਂ ਜਿਹਦੇ ਨਾਲ ਹੁੰਦਾ ਮੈਂ ਉਹਦੇ ਨਾਲ ਗੱਲ ਬੜੀ ਕੋਮੇਡਿਕ ਵੇ ਨਾਲ ਮੈਂ ਉਹ ਦੱਸਦਾ ਕਿ ਹਾਂਜੀ ਵਾਈਫ ਹੈ ਜੀ, ਜ਼ਰੂਰ ਗੱਲ ਕਰ ਲਓ ਮੇਰੇ ਉਹਦੇ ਨਾਲ, ਜਾਂ ਫੇਸ ਟਾਈਮ ਕਰਨਾ ਪਏਗਾ, 1 ਮਿੰਟ ਦਿਓ ਜੀ, ਹੈੱਡ ਆਫਿਸ ਤੋਂ ਫੋਨ ਆਇਆ, ਯੂ ਨੋ ਮੈਂ ਕੁਛ ਕੋਮੇਡੀ ਵਾਕਣ ਹਿਊਮਰ ਵਿੱਚ ਲੈ ਜਾਂਦਾ ਅਤੇ ਗੱਲ ਹੋ ਜਾਂਦੀ ਹੈ। ਪਰ ਪਹਿਲੇ ਮੈਨੂੰ ਬੜਾ ਐਮਬੈਰਸਿੰਗ ਲੱਗਦਾ ਸੀ ਕਿ ਹਰ ਜਗ੍ਹਾ 'ਤੇ ਕਿੱਥੇ ਹੋ, ਕਿਉਂ, ਕਿੱਥੇ ਕੀ ਕਰ ਰਹੇ ਹੋ, ਬਿਜ਼ਨਸ ਮੇਰਾ ਇਸ ਤਰ੍ਹਾਂ ਦਾ ਹੈ ਕਿ ਮੈਂ 3600 ਜਗ੍ਹਾ ਜਾਣਾ ਹੁੰਦਾ ਹੈ। ਸੋ ਜੋਬ ਕਰਦੀ ਹੈ, ਪੈਸੇ ਵੱਲੋਂ ਕੋਈ ਪ੍ਰੋਬਲਮ ਨਹੀਂ ਹੈ, ਕਦੀ ਉਹਨੇ ਮੈਨੂੰ ਐਕਸਪੈਕਟ ਨਹੀਂ ਕੀਤਾ ਕਿ ਮੈਂ ਹੀ ਸਿਰਫ ਦੇਵਾਂ, ਉਹ ਸੈਲਫ ਸਫੀਸ਼ੀਐਂਟ ਹੈ। ਪਰ ਓਵਰਆਲ ਜਿਹੜੀ ਸਾਡੇ ਘਰਾਂ ਦੀ ਹੁੰਦੀ ਹੈ ਕਿ ਬਜ਼ੁਰਗਾਂ ਦੀ ਯੂ ਨੋ ਇੱਕ ਤਰ੍ਹਾਂ ਨਾਲ ਰਿਸਪੈਕਟ ਔਰ ਪਿਆਰ ਮੁਹੱਬਤ, ਉਹ ਕਹਿੰਦੇ ਨੇ ਮਿਸਿੰਗ ਹੈ, ਸਪੈਸ਼ਲੀ ਆਪਣੇ ਘਰ ਦੇ ਨਾਲ ਬਹੁਤ ਹੈਗਾ, ਬਟ ਮੇਰੇ ਘਰ ਦੇ ਨਾਲ ਮਿਸਿੰਗ ਹੈ। ਸੋ ਹੀ ਸੇਸ ਕਿ ਪਿੱਛੇ ਇਹਨਾਂ ਦੇ ਮਦਰ ਦੀ ਡੈਥ ਹੋ ਗਈ, ਔਰ ਫਾਦਰ ਯੂ ਨੋ ਮੈਂ ਇੱਥੇ ਬੁਲਾ ਲਏ, ਪਰ ਉਹ ਕਹਿੰਦੀ ਕਿ ਮੈਂ ਫਾਦਰ ਨੂੰ ਨਾਲ ਨਹੀਂ ਰੱਖਣਾ। ਸੋ ਹੁਣ ਮੈਂ ਅਪਾਰਟਮੈਂਟ ਲੈ ਕੇ ਫਾਦਰ ਨੂੰ ਦਿੱਤਾ ਹੋਇਆ, ਮੈਂ ਕਦੀ ਉੱਥੇ ਜਾਂਦਾ ਕਦੀ ਇੱਥੇ ਆਉਂਦਾ। ਸੋ ਮੈਂ ਦੋ ਘਰਾਂ ਦੇ ਵਿੱਚ ਰਹਿ ਰਿਹਾ, ਬੇਟੀ ਦੇ ਬਿਨਾਂ ਵੀ ਮੈਂ ਨਹੀਂ ਰਹਿ ਸਕਦਾ ਬਿਲਕੁਲ। ਸੋ ਕਾਫੀ ਪਰੇਸ਼ਾਨ ਹੁੰਦਾ ਅੰਦਰੋਂ, ਪਰ ਮੈਂ ਕਦੀ ਇੰਨਾ ਸ਼ੋਰ ਨਹੀਂ ਮਚਾਇਆ ਕਿ ਯੂ ਨੋ ਇਨ ਹੁਣ ਮੇਰੇ ਫਰੈਂਡਸ ਹੈ ਉਹ ਕਹਿੰਦੇ ਨੇ ਕਿ ਤੂੰ ਉਹਨੂੰ ਜ਼ਿਆਦਾ ਸਿਰ 'ਤੇ ਚੜ੍ਹਾ ਰਿਹਾ, ਤੂੰ ਡਿਵੋਰਸ ਦੇ ਪੇਪਰ ਦੇ ਕੇ ਨਾ ਉਹਨੂੰ ਇੱਕ ਵਾਰੀ ਧਮਕੀ ਦੇ। ਕਹਿੰਦੇ ਨੇ ਮੇਰਾ ਦਿਲ ਕਹਿੰਦਾ ਹੈ ਕਿ ਹਾਏ ਨਹੀਂ, ਜੇ ਬਾਈ ਚਾਂਸ ਉਹ ਐਕਸੈਪਟ ਹੀ ਕਰ ਲਿਆ, ਮੈਂ ਤਾਂ ਡਿਵੋਰਸ ਨਹੀਂ ਦੇਣਾ ਚਾਹੁੰਦਾ, ਮੈਂ ਤਾਂ ਤਲਾਕ ਨਹੀਂ ਦੇਣਾ ਚਾਹੁੰਦਾ। ਸੋ ਮੈਂ ਬੱਚੀ ਦੇ ਬਿਨਾਂ ਰਹਿ ਨਹੀਂ ਸਕਦਾ, ਐਂਡ ਉਹ ਸੈਲਫ ਸਫੀਸ਼ੀਐਂਟ ਹੈ, ਉਹ ਬੱਚੀ ਦੀ ਕਸਟਡੀ 'ਤੇ ਉਹ ਲੈ ਜਾਏਗੀ। ਸੋ ਹੋਰ ਸਾਰੀਆਂ ਚੀਜ਼ਾਂ ਠੀਕ ਹੈ, ਚੰਗੀ ਵੀ ਹੈ, ਪਰ ਇਹ ਜਿਹੜੀਆਂ ਚੀਜ਼ਾਂ ਬਹੁਤ ਅਨੋਇੰਗ ਔਰ ਬੜੀ ਪਰੇਸ਼ਾਨ ਕਰਦੀਆਂ ਨੇ। ਮੈਂ ਕਈ ਦਿਨ ਫਿਰ ਫਾਦਰ ਕੋਲ ਹੀ ਰਹਿੰਦਾ, ਅਤੇ ਦੂਜੇ ਪਾਸੇ ਕਹਿੰਦੇ ਕਈ ਫਰੈਂਡਸ ਇਹ ਵੀ ਕਹਿੰਦੇ ਨੇ ਕਿ ਦੋ ਬੱਚੇ ਹੋਰ ਕਰਦੇ ਆਪਣੇ ਆਪ ਠੰਡੀ ਹੋ ਜਾਏਗੀ, ਜਿੰਨੀ ਇਹਦੇ 'ਚ ਯੂ ਨੋ ਉਹ ਆ ਰਹੀ ਹੈ ਨਾ ਕਿ ਤੂੰ ਕਿੱਥੇ ਹੁੰਦਾ, ਕਿ ਉਹਨੂੰ ਬਿਜ਼ੀ, ਉਹਨੂੰ ਟਾਈਮ ਹੀ ਨਹੀਂ ਮਿਲਣਾ। ਸੋ ਮੈਨੂੰ ਸਮਝ ਨਹੀਂ ਆਉਂਦਾ ਕਿ ਮੈਨੂੰ ਕੀ ਕਰਨਾ ਚਾਹੀਦਾ ਕਿ ਇਹ ਥੋੜ੍ਹਾ ਕੁਛ ਬਦਲੇ, ਇਹਦੀ ਥੋੜ੍ਹੀ ਹੈ ਜਿਹੜੀ ਸ਼ੱਕੀ ਮਿਜਾਜ ਹੈ, ਔਰ ਉੱਪਰੋਂ ਹਰ ਵੇਲੇ ਦਾ ਕਿ ਤੂੰ ਕਿੱਥੇ ਹੈ, ਕੀ ਹੈ। ਔਰ ਦੂਸਰਾ ਕਿ ਇੱਕੋ ਇੱਕ ਮੇਰਾ ਪਿਓ ਹੈਗਾ ਜਿਹੜਾ ਕਿ ਮਤਲਬ ਨੀਅਰੈਸਟ ਰਿਲੇਟਿਵ ਹੈ, ਐਂਡ ਭਰਾ ਵਗੈਰਾ ਹੈਗੇ ਆ ਉਹ ਪਿੱਛੇ ਯੂ ਨੋ ਦੇਸ਼ ਹੈਗੇ ਹੈ, ਪਾਕਿਸਤਾਨ 'ਚ ਹੈਗੇ ਹੈ, ਪਰ ਇਹ ਜਿਹੜੇ ਇੱਥੇ ਹੈਗੇ ਹੈ ਉਹਨਾਂ ਨੂੰ ਪੂਰੀ ਤਰ੍ਹਾਂ ਮੈਂ ਰਿਸਪੈਕਟ ਨਾ ਦੇ ਸਕਾਂ, ਉਹ ਮੇਰਾ ਮਨ ਬਹੁਤ ਉਸ ਗੱਲ 'ਤੇ ਦੁਖੀ ਹੁੰਦਾ। ਸੋ ਮੈਂ ਬਹੁਤ ਵਾਰੀ ਯੂ ਨੋ ਮੈਂ ਸੱਚੀ ਕਹਿੰਦਾ ਸਾਰਿਆਂ ਨੂੰ ਕਿ ਮੈਂ ਜਾ ਕੇ ਆਪਣੇ ਫਾਦਰ ਦੇ ਅਪਾਰਟਮੈਂਟ ਜਿਹੜਾ ਲਿਆ ਉੱਥੇ ਜਾ ਕੇ ਸੋ ਜਾਂਦਾ, ਔਰ ਉੱਥੇ ਕਾਫੀ ਵਾਰੀ ਰਹਿ ਜਾਂਦਾ, ਪਰ ਇਹ ਹੈ ਕਿ ਮੈਂ ਕਿਸ
ਇਸ ਤਰ੍ਹਾਂ ਦੋ ਅਪਾਰਟਮੈਂਟਸ ਦੇ ਵਿੱਚ ਸ਼ਟਲ ਕਰਾਂਗੇ। ਉਹ ਕਹਿੰਦੀ ਹੈ ਕਿ ਮੈਂ ਆਪਣੇ ਘਰ ਨਹੀਂ ਰੱਖਣਾ। ਸੋ ਜਦੋਂ ਵੀ ਕੋਈ ਹੋਏ ਆਪਣੇ ਪੇਰੈਂਟਸ ਨਾਲ ਸ਼ਿਫਟ ਹੋਣ ਨੂੰ ਬਿਲਕੁਲ ਤਿਆਰ ਹੈ। ਇੰਡੀਅਨ ਹੀ ਹੈ, ਹਿੰਦੂ ਪਰਿਵਾਰ 'ਚੋਂ ਹੈ, ਬਟ ਸਮਝਦੀ ਨਹੀਂ, ਪੰਜਾਬੀ ਨਹੀਂ ਸਮਝਦੀ, ਸੋ ਉਹ ਸ਼ੋਅ ਨਹੀਂ ਦੇਖਦੀ। ਸੋ ਤੁਸੀਂ ਇਹਨਾਂ ਨੂੰ ਕੀ ਕਹਿੰਦੇ ਹੋ? ਪੁੱਛ ਰਹੇ ਨੇ ਕਿ ਕਈ ਦੋਸਤ ਮੈਨੂੰ ਬੜੇ ਇੱਕ ਤਰ੍ਹਾਂ ਨਾਲ ਕਹਿ ਲਓ ਚੱਕਦੇ ਵੀ ਨੇ ਵੀ ਇੰਝ ਕਰ ਲੈ, ਇੰਝ ਕਰ ਲੈ, ਮੈਨੂੰ ਸਮਝ ਨਹੀਂ ਆਉਂਦੀ ਕੀ ਕਰ ਲਾਂ ਜਿਹਦੇ ਨਾਲ ਇਹ ਸਿਚੁਏਸ਼ਨ ਬਿਹਤਰ ਹੋ ਜਾਏ। ਸੋ ਮੈਂ ਉਹੀ ਹੈ ਕਿ ਹਰ ਵਾਰੀ ਮੈਂ ਅੱਲਾ ਮੀਆਂ ਨੂੰ ਅਰਦਾਸ ਕਰਦਾ ਕਿ ਬਈ ਇਹ ਜ਼ਰੂਰ ਬੇਨਤੀ ਮੇਰੀ ਕਬੂਲ ਹੋਏ ਕਿ ਕੁਛ ਜ਼ਰੂਰ ਬਦਲ ਜਾਏ ਅਤੇ ਮੈਨੂੰ ਕੋਈ ਤਲਾਕ ਔਰ ਇਸ ਤਰ੍ਹਾਂ ਦੀ ਚੀਜ਼ ਦੇ ਵਿੱਚ ਨਾ ਬਹਿਣਾ ਪਏ, ਕਿਉਂਕਿ ਮੈਂ ਆਪਣੀ ਬੱਚੀ ਦੇ ਬਿਨਾਂ ਨਹੀਂ ਰਹਿ ਸਕਦਾ। ਸੋ ਜ਼ਰੂਰ ਕਾਲ ਕਰੋ, ਆਈ ਨੋ ਇਟਸ ਅ ਯੂ ਨੋ ਟਫ ਕਾਲ। ਅਸੀਂ ਉਹੀ ਇਸ ਸ਼ੋਅ ਦੀ ਜਿਹੜੀ ਇੱਕ ਬਣਤ ਹੈਗੀ ਹੈ ਕਿ ਦੂਸਰੇ ਪਾਸੇ ਕੀ ਹੈ, ਕੀ ਉਹਦੀ ਕਹਾਣੀ ਹੈ, ਨਹੀਂ ਸੁਣ ਸਕਦੇ, ਬਟ ਜੋ ਵੀ ਇਹ ਕਹਿ ਰਹੇ ਹੈ ਉਸ ਨੂੰ ਬਿਲਕੁਲ ਅੱਗੇ ਰੱਖ ਕੇ ਇਹਨਾਂ ਦੀ ਮਾਨਸਿਕ ਸਥਿਤੀ, ਇਹਨਾਂ ਦੀ ਜਿਹੜੀ ਅਨੋਇੰਸ ਹੈ, ਰੋਜ਼ਮਰਾ ਦੇ ਵਿੱਚ ਮਿਹਨਤ ਕਰ ਰਹੇ ਨੇ, ਕੰਮ ਕਰ ਰਹੇ ਨੇ, ਔਰ ਉਹਦੇ ਵਿੱਚ ਜਿਹੜੀ ਇਹ ਅਨੋਇੰਗ ਜੀ ਯੂ ਨੋ ਡੇ ਟੂ ਡੇ ਲਾਈਫ ਹੋ ਗਈ ਹੈ, ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ, ਕੀ ਤੁਹਾਡਾ ਐਕਸਪੀਰੀਅੰਸ ਕਹਿੰਦਾ ਹੈ, ਜ਼ਰੂਰ ਸ਼ੇਅਰ ਕਰੋ। ਸੋ ਬੜੀ ਵਾਰੀ ਅਸੀਂ ਕਹਿੰਦੇ ਹਾਂ ਕਿ ਇੰਟਰ ਰਿਲੀਜੀਅਸ ਇੰਟਰਕਾਸਟ ਮੈਰਿਜਸ ਔਖੀਆਂ ਵੀ ਹੁੰਦੀਆਂ। ਮੈਂ ਉਹਨਾਂ ਨੂੰ ਇਸ ਚੀਜ਼ ਦਾ ਵੀ ਜ਼ਿਕਰ ਕੀਤਾ, ਪੁੱਛਿਆ ਕਿ ਬਈ ਕੋਈ ਹੋਰ ਇਸ਼ੂਜ਼ ਤੁਹਾਡੇ ਆਪਸ? ਕਹਿੰਦੇ ਜ਼ਿਆਦਾ ਕੁਛ ਨਹੀਂ ਹੈ, ਕਿਉਂਕਿ ਮੈਂ ਵੀ ਬਹੁਤ ਜ਼ਿਆਦਾ ਰਿਲੀਜੀਅਸ ਨਹੀਂ ਹਾਂ, ਮੈਂ ਸਾਰੀ ਜਗ੍ਹਾ ਜਾਂਦਾ, ਮੈਂ ਮੰਦਿਰ ਜਾਂਦਾ, ਗੁਰਦੁਆਰੇ ਜਾਂਦਾ, ਮਸਜਿਦ ਜਾਂਦਾ, ਮੈਂ ਯੂ ਨੋ ਮੇਰੇ ਜੀਉ ਫਰੈਂਡਸ ਬਹੁਤ ਮੇਰੇ ਆਪਣੇ ਕਲੋਜ਼ ਫਰੈਂਡਸ ਹੈਗੇ ਹੈ, ਬਿਜ਼ਨਸ ਮੇਰੀ ਬੜੀ ਅੱਛੀ ਡੀਲਿੰਗ ਹੈ ਉਹਨਾਂ ਨਾਲ। ਸੋ ਮੇਰੇ ਵਾਸਤੇ ਸਭ ਤੋਂ ਉੱਪਰ ਇਨਸਾਨੀਅਤ ਹੈ, ਔਰ ਯੂ ਨੋ ਉਸ ਤੋਂ ਉੱਪਰ ਕੁਛ ਨਹੀਂ ਹੈ। ਸੋ ਮੈਂ ਬਹੁਤ ਰਿਲੀਜੀਅਸ ਨਹੀਂ ਹਾਂ, ਮੇਰੀ ਵੋਟੀ ਜਿੰਨਾ ਜੋ ਕਰਦੀ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ। ਬੱਚੀ ਨੂੰ ਮੰਦਿਰ ਲੈ ਕੇ ਜਾਂਦੀ ਹੈ, ਯੂ ਨੋ ਉਹਦੀ ਮਦਰ ਵੀ ਹੈਗੇ ਹੈ ਨੇੜੇ, ਸੋ ਉਹ ਵੀ ਲੈ ਕੇ ਜਾਂਦੇ ਆ, ਮੈਨੂੰ ਫਰਕ ਨਹੀਂ ਪੈਂਦਾ। ਮੈਂ ਆਪਣੀ ਬੱਚੀ ਨੂੰ ਸੋਹਣੀਆਂ ਗੱਲਾਂ ਇਨਸਾਨੀਅਤ ਦੀਆਂ ਸੁਣਾਉਂਦਾ, ਦੱਸਦਾ, ਯੂ ਨੋ ਮੈਨੂੰ ਨਹੀਂ ਲੱਗਦਾ ਕਿ ਉਹਨੂੰ ਕੋਈ ਵੱਡੇ ਹੋ ਕੇ ਪਰੇਸ਼ਾਨੀ ਹੋਏਗੀ ਇਸ ਚੀਜ਼ ਦੀ ਕਿ ਯੂ ਨੋ ਮਜ਼ਹਬ ਕਿਹੜਾ ਉਹ ਅਡੋਪਟ ਕਰੇ। ਪਰ ਉਸ ਚੀਜ਼ ਦੀ ਇਹਨਾਂ ਦੇ ਹਿਸਾਬ ਨਾਲ ਉਹ ਕਹਿੰਦੇ ਨੇ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਲੱਗ ਰਹੀ, ਬਸ ਇੱਕ ਉਹ ਬਿਹੇਵੀਅਰ, ਇੱਕ ਇੰਡੀਵਿਜੁਅਲ ਪ੍ਰੋਬਲਮ ਜ਼ਰੂਰ ਹੈ ਜਿਹੜੀ ਕਿ ਇਸ ਵੇਲੇ ਇਹਨਾਂ ਨੂੰ ਬਹੁਤ ਅਨੋਇੰਗ ਲੱਗ ਰਹੀ ਹੈ ਕਿ ਇੱਕ ਤਾਂ ਉਹ ਬਹੁਤ ਜ਼ਿਆਦਾ ਸ਼ੱਕੀ ਨੇ, ਔਰ ਦੂਜਾ ਜਿਹੜਾ ਇਹਨਾਂ ਦੀ ਜਿਹੜੀ ਫੈਮਲੀ ਹੈ ਸਪੈਸ਼ਲੀ ਫਾਦਰ, ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਐਕਸੈਪਟੈਂਸ ਕਿ ਹਾਂ ਮੇਰੇ ਵੀ ਵਾਲਿਦ ਹੈਗੇ ਨੇ ਉਹ ਮੇਰੇ ਘਰ ਰਹਿ ਸਕਦੇ ਨੇ, ਇਹ ਚੀਜ਼ ਜਿਹੜੀ ਐਕਸੈਪਟੈਂਸ ਨਹੀਂ ਹੈ ਨਾ, ਉਹ ਮੁਸ਼ਕਿਲ ਹੋ ਰਹੀ ਹੈ। ਕਿਉਂਕਿ ਸ਼ੁਰੂਆਤ ਵਿੱਚ ਜਦੋਂ ਹੋਈ ਸੀ ਤਾਂ ਮੈਂ ਕਿਹਾ ਕਿ ਸ਼ਾਇਦ ਯੂ ਨੋ ਉਹ ਕਲਚਰ ਡਿਫਰੈਂਸ ਹੈਗਾ ਕੁਛ ਹੈ ਅਤੇ ਉਹ ਨਹੀਂ ਰੱਖ ਸਕਦੀ, ਨਹੀਂ ਰੱਖ ਸਕਦੀ। ਮੈਂ ਵੀ ਯੂ ਨੋ ਆਈ ਵਾਜ਼ ਅੰਡਰਸਟੈਂਡਿੰਗ ਕਿ ਹਾਂ ਨਹੀਂ ਇਸ ਤੋਂ ਮੁਸ਼ਕਿਲ ਹੋਏਗੀ, ਕਿਉਂਕਿ ਸਾਡਾ ਘਰ ਵੀ ਇੱਕ ਅਪਾਰਟਮੈਂਟ ਹੀ ਹੈਗਾ। ਸੋ ਮੈਂ ਕਿਹਾ ਕਿ ਇਹਨਾਂ ਨੂੰ ਮੁਸ਼ਕਿਲ ਹੋਏਗੀ ਅਤੇ ਮੈਂ, ਪਰ ਹੁਣ ਇੰਝ ਲੱਗਦਾ ਕਿ ਐਕਸਪੈਕਟ ਕਰਦੀ ਹੈ ਕਿ ਮੈਂ ਉਹਦੇ ਪੇਰੈਂਟਸ ਨਾਲ ਬਹੁਤ ਅੱਛੀ ਤਰ੍ਹਾਂ ਕਰਾਂ, ਜੋ ਕਹਿਣ ਉਹ ਘਰ ਵਾਸਤੇ ਲਿਆ ਰਹੇ ਹੈ, ਕੁਛ ਮੈਂ ਉਹਨਾਂ ਦੇ ਘਰ ਵਾਸਤੇ ਕੋਈ ਕੰਮ ਕਰ ਰਿਹਾ, ਫੋਨ ਕਰ ਦੇਣਗੇ, ਇਹ ਕਰੋ, ਬਟ ਮੇਰੇ ਵਾਲਿਦ ਸਾਹਿਬ ਨੂੰ ਨਹੀਂ ਉਸ ਤਰ੍ਹਾਂ ਦੀ ਇੱਜ਼ਤ ਮਾਣ। ਸੋ ਇਹ ਚੀਜ਼ ਥੋੜ੍ਹਾ ਜਿਹਾ ਹਰਟ ਕਰਨ ਲੱਗ ਗਈ ਹੈ ਮੈਨੂੰ। ਸੋ ਪਰ ਉਸ ਤੋਂ ਜ਼ਿਆਦਾ ਇਹ ਪ੍ਰੋਬਲਮ ਹੈ ਕਿ ਮੈਨੂੰ ਜਿਹੜਾ ਸ਼ਟਲ ਕਰਨਾ ਪੈਂਦਾ ਦੋਨੋਂ ਘਰਾਂ 'ਚ, ਐਂਡ ਮੈਂ ਮੇਨਟੇਨ ਕਰ ਰਿਹਾ ਦੋਨੋਂ ਘਰ। ਸੋ ਫਿਰ ਵੀ ਰੋਬ ਸਾਰਾ ਉਹਦਾ ਹੈ ਕਿ ਜਿੱਥੇ ਹੋਵੇ ਅਤੇ ਕਿੱਥੇ ਹੈਗੇ ਉਹ, ਕਿਉਂ ਹੈਗੇ ਉਹ ਚੀਜ਼ ਵੀ ਬੜੀ ਅਨੋਇੰਗ ਲੱਗਦੀ ਹੈ। ਸੋ ਜ਼ਰੂਰ ਦੱਸੋ ਕੀ ਕਹਿੰਦੇ ਹੋ, ਮੈਂ ਇੰਝ ਕਰਦੀ ਹਾਂ, ਥੋੜ੍ਹਾ ਜਿਹਾ ਵਕਤ ਦਿੰਦੀ ਹਾਂ ਤੁਹਾਨੂੰ, ਐਂਡ ਥੋੜ੍ਹੀ ਜਿਹੀ ਜਿਹੜੇ ਆਪਣੇ ਸਪੋਂਸਰਸ ਹੈਗੇ ਆ ਉਹਨਾਂ ਨੂੰ ਯਾਦ ਕਰਦੇ ਹਾਂ। ਲੈਟ ਮੀ ਮੀਟ ਯੂ ਔਨ ਦਾ ਅਦਰ ਸਾਈਡ ਆਫ ਦਾ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟ ਸੀ ਸਾਰੇ ਇਹਨਾਂ ਨੂੰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ ਕੀ ਕਹਿ ਰਹੇ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ ਜਸਪ੍ਰੀਤ, ਦੱਸੋ ਕੀ ਕਹਿੰਦੇ ਹੋ? ਅੱਜ ਮੈਂ ਕਹਾਂਗੀ ਭੈਣ ਜੀ, ਫਾਦਰ ਸਾਹਿਬ ਕਦੇ ਰਹੇ ਆ ਇਹਨਾਂ ਦੇ ਨਾਲ ਕਿ ਇਹਨੇ ਪਹਿਲਾਂ ਹੀ ਕਹਿਤਾ ਬਈ ਨਹੀਂ ਰੱਖਣਾ ਹੈਗਾ? ਹਾਂ, ਕਹਿੰਦੇ ਕਿ ਉਹ ਜਦੋਂ ਮੈਂ ਬੁਲਾਇਆ ਉਹਨਾਂ ਨੂੰ ਇੱਥੇ, ਉਹ ਇੱਥੇ ਆਏ ਆ, ਕਹਿੰਦੀ ਕਿ ਬੁਲਾ ਲਓ ਬੇਸ਼ੱਕ ਪਰ ਸਾਡੇ ਨਾਲ ਨਹੀਂ ਰਹਿਣਗੇ। ਸੋ ਹੀ ਆਲਰੇਡੀ ਮੇਡ ਐਨ ਅਰੇਂਜਮੈਂਟ, ਪਹਿਲੇ ਹੀ ਇੱਕ ਅਪਾਰਟਮੈਂਟ ਵੱਖਰਾ ਲਿਆ ਇਹਨਾਂ ਨੇ। ਸੋ ਯਾ ਤੇ ਉਹ ਕਲ ਤੇ ਨੰਬਰ 2, ਇਹਨਾਂ ਸ਼ੱਕੀ ਕਿਉਂ ਹੈਗੀ ਹੈ, ਕੋਈ ਰੀਜ਼ਨ ਹੈਗਾ ਕਿ
ਸ਼ੁਰੂ ਤੋਂ ਹੀ ਹੈਗੀ ਆ ਭਾਈ ਉਹਨਾਂ ਦੇ ਨਾਲ। ਯਾ ਦੈਟਸ ਵਾਟ ਹੀ ਸੇਜ਼ ਕਿ ਯੂ ਨੋ ਇੰਜੀ ਹੈ ਉਹ, ਇੰਜੀ ਪੁੱਛਦੀ ਹੈ ਹਰ ਵੇਲੇ ਕਿੱਥੇ ਹੋ ਕੀ ਹੋ ਫੇਸ ਟਾਈਮ। ਆਈ ਨੋ ਯੂ ਸੋ ਰਾਈਟ, ਦਿਮਾਗ ਜ਼ਰੂਰ ਜਾਂਦਾ ਹੈ ਕਿ ਬਈ ਕੋਈ ਰੀਜ਼ਨਸ ਦਿੱਤੇ ਹੈ ਤੁਸੀਂ ਜਿਹੜਾ ਕਿ ਹਰ ਵੇਲੇ ਯੂ ਨੋ ਇਸ ਤਰ੍ਹਾਂ ਰਹੇ, ਬਟ ਦੈਟ ਡੈਫੀਨੇਟਲੀ ਆਈ ਐਮ ਸ਼ੋਰ ਹੀ ਵੋਂਟ ਟੈਲ ਇਟ ਟੂ ਅਸ ਨਾ, ਆਪੇ ਨਹੀਂ ਦੱਸਣਗੇ। ਮੈਂ ਤਾਂ ਕਹਾਂਗੀ ਭੈਣ ਜੀ ਪਿਆਰ ਨਾਲ ਬੈਠ ਕੇ ਉਹਦੇ ਨਾਲ ਗੱਲ ਕਰੇ ਤੇ ਉਹਨੂੰ ਦੱਸੇ ਬਈ ਆ ਮੇਰੇ ਦਿਮਾਗ ਤੇ ਮੇਰੇ ਦਿਲ ਤੇ ਆ ਦੋ ਗੱਲਾਂ ਬਹੁਤ ਹਾਵੀ ਹੋ ਰਹੀਆਂ ਇਸ ਵੇਲੇ, ਤੇ ਜੇ ਇਹ ਉਹਦੀ ਉਹਦੀ ਫੈਮਿਲੀ ਲਈ ਸਾਰਾ ਕਰਦੇ ਆ ਜੀ, ਤੇ ਟੀਚਰ ਆ ਉਸ ਤੋਂ ਮਤਲਬ ਜੇ ਹੋ ਸਕੇ ਕੋਈ ਬਾਉਂਡਰੀ ਕੁਛ ਰੋਕ ਫਾਦਰ ਸਾਹਿਬ ਨੂੰ ਕੁਛ ਟਾਈਮ ਲਈ ਘਰੇ ਆਪਣੇ ਜੇ ਲਿਆ ਸਕਦੇ ਆ ਕੁਛ ਚਿਰ ਲਈ, ਤੇ ਬਾਉਂਡਰੀ ਸੈੱਟ ਕਰਨ ਜੋ ਵੀ ਉਹਨੂੰ ਜਿਸ ਤਰ੍ਹਾਂ ਇਹ ਕਰ ਸਕਦੇ ਜਿਸ ਤਰ੍ਹਾਂ ਉਹਨੂੰ ਠੀਕ ਲੱਗੇਗਾ, ਮੇ ਬੀ ਇਸ ਤਰ੍ਹਾਂ ਹੋ ਸਕਦਾ, ਜੇ ਨਹੀਂ ਤੇ ਐਟਲੀਸਟ ਫਾਦਰ ਸਾਹਿਬ ਨੂੰ ਹੋਰ ਬਜਾਏ ਉੱਥੇ ਉਹਨਾਂ ਦੇ ਅਪਾਰਟਮੈਂਟ ਜਾਣ ਲਈ ਨਾ ਫਾਦਰ ਸਾਹਿਬ ਨੂੰ ਆਪਣਾ ਆਪਣੇ ਘਰੇ ਕੁਛ ਜ਼ਿਆਦਾ ਟਾਈਮ ਲਈ ਜਿੰਨਾ ਟਾਈਮ ਲਈ ਲਿਆ ਸਕਦੇ ਆ ਰੱਖ ਸਕਦੇ ਆ ਤੇ ਠੀਕ ਆ, ਨਹੀਂ ਉੱਥੇ ਚਾਹੁੰਦੇ ਬਈ ਸੌਣ ਜਾਂ ਬਟ ਮੋਸਟ ਆਫ ਦ ਡੇ ਮੋਸਟ ਆਫ ਦ ਟਾਈਮ ਜੇ ਉਹਨਾਂ ਨੂੰ ਆਪਣੇ ਨਾਲ ਆਪਣੇ ਘਰੇ ਰੱਖ ਸਕਦੇ ਆ ਦੇਖੋ ਦੈਟ ਵੁੱਡ ਬੀ ਗੁੱਡ। ਬੇਟੀ ਦੀ ਵੀ ਦੇਖੋ ਉਹਨਾਂ ਦੀ ਡਾਟਰ ਹੈਗੀ ਆ, ਕਿਤੇ ਇਹ ਨਾ ਹੋਏ ਇਹ ਸਮਝਦੀ ਆ ਬਈ ਚਲੋ ਹੁਣ ਬੇਟੀ ਹੈਗੀ ਆ ਤੇ ਉਹ ਬੇਟੀ ਤੋਂ ਬਗੈਰ ਨਹੀਂ ਰਹਿ ਸਕਦੇ, ਤੇ ਜਿੱਦਾਂ ਇਹ ਕਹਿੰਦੀ ਆ ਬਈ ਉਹ ਕਰੀ ਜਾਣਗੇ ਨਾਲ ਵੀ ਲਾਈ ਦੈਟ। ਤੇ ਚੱਕੀ ਤਾਂ ਅੱਜ ਕੋਈ ਰੀਜ਼ਨ ਹੀ ਨਹੀਂ ਹੋਣਾ ਚਾਹੀਦਾ ਜੇ ਯੂ ਨੋ ਆਈ ਡੋਨਟ ਨੋ ਵਾਈ ਉਹ ਯੂ ਰਾਈਟ ਪਰਸਨੈਲਿਟੀ ਹੋ ਸਕਦੀ ਹੈ ਜਾਂ ਫਿਰ ਕੋਈ ਉਹ ਅਗਰ ਤੁਹਾਡੀ ਪਰਸਨੈਲਿਟੀ ਇੰਜ ਦੀ ਹੈ ਕਿ ਹਰ ਵੇਲੇ ਤੁਹਾਡਾ ਦਿਮਾਗ ਉੱਤਰ ਜਾ ਰਿਹਾ ਹੈ ਦੈਨ ਯੂ ਨੀਡ ਸਮ ਇੰਟਰਵੈਂਸ਼ਨ, ਇਹਨੂੰ ਥੋੜੀ ਕਾਉਂਸਲਿੰਗ ਚਾਹੀਦੀ ਹੈ ਉਹਦੇ ਲਈ। ਫਿਰ ਇਦਾਂ ਕੋਈ ਜੇ ਰੀਜ਼ਨ ਹੀ ਨਹੀਂ ਹੈਗਾ ਤੇ ਉਹਨੂੰ ਦੱਸ ਰਿਹਾ ਵੀ ਕਹਿ ਰਿਹਾ ਵੀ ਉਹਨੂੰ ਸਮਝ ਜਾਣਾ ਚਾਹੀਦਾ। ਪਰ ਜਸਪ੍ਰੀਤ ਕੀ ਲੱਗਦਾ ਇਹਨਾਂ ਨੂੰ ਤੁਸੀਂ ਕੀ ਉਹ ਦੋਗੇ, ਕਿਉਂਕਿ ਇਹਨਾਂ ਦਾ ਬੜਾ ਸਵਾਲ ਇਹ ਸੀ ਕਿ ਮੇਰੇ ਫਰੈਂਡਸ ਇਸ ਵੇਲੇ ਕਹਿ ਰਹੇ ਹੈ ਕਿਉਂਕਿ ਮੈਂ ਬੜਾ ਔਖਾ ਹੋਇਆ ਹੋਇਆ ਸਿਚੁਏਸ਼ਨ ਤੋਂ, ਕੋਈ ਫਰੈਂਡਸ ਕਹਿ ਰਹੇ ਹੈ ਡਿਵੋਰਸ ਦੇਣ ਦੀ ਧਮਕੀ ਦੇ ਦੇ ਐਂਡ ਦੂਸਰੇ ਕਹਿ ਰਹੇ ਹੈ ਕਿ ਇੱਕ ਦੋ ਬੱਚੇ ਹੋਰ ਪੈਦਾ ਕਰ ਆਪੇ ਬਿਜ਼ੀ ਹੋ ਜਾਏਗੀ ਤੇਰੇ ਵੱਲ ਧਿਆਨ ਨਿਕਲ ਜਾਏਗਾ। ਨਹੀਂ ਮੈਂ ਡਿਵੋਰਸ ਤਾਂ ਨਹੀਂ ਕਵਾਂਗੀ ਤੇ ਬੱਚਿਆਂ ਦਾ ਵੀ ਜੇ ਉਹਦਾ ਸੁਭਾਅ ਇਸ ਤਰ੍ਹਾਂ ਹੀ ਹੈਗਾ ਨਾ ਚੱਕੀ ਜਿਹਾ, ਹਾਂ ਉਹ ਆਈ ਡੋਂਟ ਥਿੰਕ ਉਹ ਬਦਲੇਗਾ, ਆਈ ਥਿੰਕ ਉਹਨੂੰ ਥੋੜੀ ਕਾਉਂਸਲਿੰਗ ਚਾਹੀਦੀ ਆ ਉਸ ਚੀਜ਼ ਦੀ, ਬਿਕਾਜ਼ ਉਹਨੂੰ ਸਮਝਾਉਣ ਸਾਡੀ ਮੈਰਿਜ ਤੇ ਬੜਾ ਇਫੈਕਟ ਹੋ ਰਿਹਾ ਵੀ ਕੀ ਵਜ੍ਹਾ ਕੀ ਹੈ ਕੀ ਕੱਲ ਕਿਉਂ ਆ, ਤੇ ਬਈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਯੂ ਨੋ ਸਟਰੋਂਗ ਮੈਰਿਜ ਲਈ ਟਰਸਟ ਦੋਨਾਂ ਨੂੰ ਕਰਦੇ ਆ ਬਈ ਇੱਕ ਦੂਜੇ ਦੇ ਹੋਣਾ ਚਾਹੀਦਾ, ਤੇ ਆਈ ਥਿੰਕ ਹੀ ਵਿਲ ਬੈਨੀਫਿਟ ਥੋੜੀ ਕਾਉਂਸਲਿੰਗ ਤੋਂ। ਠੀਕ ਹੈ, ਬਹੁਤ ਵਧੀਆ ਜਸਪ੍ਰੀਤ, ਹੋਰ ਵੀ ਗੱਲਾਂ 'ਚ ਇਸ ਤਰ੍ਹਾਂ ਹੁੰਦੀਆਂ ਹੈ, ਇਫ ਯੂ ਥਿੰਕ ਆਫ ਸਮਥਿੰਗ ਐਲਸ ਡੂ ਕਾਲ, ਬਿਕੋਜ਼ ਜਿਸ ਤਰ੍ਹਾਂ ਉਹ ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਕੋਈ ਗੱਲ ਹੋਈ ਤੇ ਕਿ ਬਈ ਓਕੇ ਚਲੋ ਸ਼ੁਕਰ ਹੈ ਇੰਜ ਦੀ ਹੈ, ਮੈਨੂੰ ਨਾ ਬਹੁਤ ਜ਼ਿਆਦਾ ਰਿਲੀਜੀਅਸ ਨਹੀਂ ਬੰਦੇ ਪਸੰਦ, ਸੋ ਅਗਰ ਕੋਈ ਕੁੜੀ ਹੁੰਦੀ ਜਿਹੜੀ ਬਹੁਤ ਜ਼ਿਆਦਾ ਰਿਲੀਜੀਅਸ ਹੁੰਦੀ ਤਾਂ ਮੈਨੂੰ ਨਹੀਂ ਉਹ ਪੂਰੇ ਪੈਂਦੀ, ਸੋ ਉਹ ਵੀ ਹੈਗਾ ਕਿ ਕਈ ਚੀਜ਼ਾਂ 'ਤੇ ਸ਼ੁਕਰ ਕਰਦੇ ਨੇ ਕਿ ਉਹਨਾਂ ਦਾ ਉਸ ਤਰ੍ਹਾਂ ਦਾ ਕਿਉਂਕਿ ਆਪ ਨਹੀਂ ਉਸ ਪਾਸੇ ਇੰਨਾ ਜ਼ਿਆਦਾ, ਉਹਨਾਂ ਨੂੰ ਲੱਗਦਾ ਕਿ ਕੋਈ ਹੋਰ ਅਗਰ ਆਪਣੀ ਕਮਿਊਨਿਟੀ 'ਚੋਂ ਹੁੰਦੀ ਔਰ ਮੈਨੂੰ ਜ਼ਿਆਦਾ ਉਸ ਪਾਸੇ ਤੋਰਨ ਨੂੰ ਕਰਦੀ ਤਾਂ ਮੈਂ ਉਹ ਵੀ ਨਹੀਂ ਕਰ ਸਕਦਾ ਸੀ, ਸੋ ਦੈਟ ਹੀ ਥਿੰਕਸ ਇਜ਼ ਅ ਯੂ ਨੋ ਬੈਨੀਫਿਟ ਕਿ ਇਹ ਜਿਸ ਇਹ ਲਵ ਮੈਰਿਜ ਹੈ ਔਰ ਕਿਸ ਤਰ੍ਹਾਂ ਕਿਸੇ ਹੋਰ ਰਿਲੀਜਨ 'ਚੋਂ ਹੈ ਪਰ ਇੰਨੀ ਪਰਟੀਕੁਲਰ ਨਹੀਂ ਹੈ ਉਹ ਆਪਣੇ ਵਾਸਤੇ ਵੀ ਅਤੇ ਇਹਨਾਂ ਵਾਸਤੇ ਵੀ ਇਸ ਚੀਜ਼ ਦੀ ਖੁੱਲ੍ਹੀ ਛੁੱਟ ਦਿੱਤੀ ਹੋਈ ਹੈ ਉਹਨਾਂ ਨੇ, ਸੋ ਉਹ ਦੈਟ ਥਿੰਕ ਹੀ ਰੀਅਲੀ ਲਾਈਕਸ ਅਬਾਊਟ ਦਿਸ ਰਿਲੇਸ਼ਨਸ਼ਿਪ। ਸੋ ਹੋਰ ਵੀ ਜੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹਾਂਜੀ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸੁਦਰਸ਼ਨ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਹਾਂਜੀ ਸੁਦਰਸ਼ਨ ਜੀ ਕੀ ਕਹਿੰਦੇ ਹੋ ਅੱਜ? ਮੈਂ ਸੋਚ ਰਹੀ ਹਾਂ ਕਿ ਇੱਕ ਤਾਂ ਹਿੰਦੂ ਮੁਸਲਿਮ ਸ਼ਾਦੀ ਠੀਕ ਹੈ ਨਾ, ਹਾਂਜੀ, ਤੇ ਦੂਸਰਾ ਇਹ ਕਿ ਉਹਦੇ ਦਿਮਾਗ ਵਿੱਚ ਲੜਕੀ ਦੇ ਦਿਮਾਗ ਵਿੱਚ ਸੱਚੀ ਮਿਜ਼ਾਜ ਹੈ ਤੇ ਵੈਸੇ ਤੇ ਇਟਸ ਵੈਰੀ ਬੈਡ, ਗਲਤ ਆਦਤ ਹੁੰਦੀ ਹੈ, ਪਰ ਉਹਦੇ ਦਿਮਾਗ ਵਿੱਚ ਚੀਜ਼ ਇਹ ਤੇ ਨਹੀਂ ਬੈਠੀ ਹੋਈ ਕਿ ਉਹ ਮੁਸਲਮਾਨ ਹੈ ਔਰ ਉਹ ਦੋ ਤਿੰਨ ਸ਼ਾਦੀਆਂ ਕਰ ਸਕਦਾ,
ਉਹਨੂੰ ਇਜਾਜ਼ਤ ਹੈ, ਉਹਦਾ ਮਜ਼ਹਬ ਦਿੰਦਾ ਹੈ ਤੇ ਉਹਦੇ ਦਿਮਾਗ ਵਿੱਚ ਕੀੜਾ ਤੇ ਨਹੀਂ ਬੈਠਾ ਹੋਇਆ ਕਿ ਉਹ ਡਰਦੀ ਰਹਿੰਦੀ ਹੋਏ ਪਾਸ ਨਾ ਜਾਵੇ, ਇਨਸਿਕਿਉਰ ਸੋਚ ਹੈ, ਜੋ ਮੇਰੀ ਸੋਚ ਹੈ ਕਿ ਉਹਦੇ ਦਿਮਾਗ ਵਿੱਚ ਇਹ ਵੀ ਚੀਜ਼ ਹੋ ਸਕਦੀ ਹੈ, ਹੋ ਸਕਦੀ ਹੈ ਜੀ। ਤੇ ਦੂਸਰੀ ਚੀਜ਼ ਇਹ ਵੇ ਕਿ ਅਗਰ ਉਹਦੇ ਫਾਦਰ ਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦੀ ਤੇ ਜ਼ਬਰਦਸਤੀ ਬਿਲਕੁਲ ਨਾ ਰੱਖਣ, ਹਰ ਇੱਕ ਦੀ ਇੱਕ ਸੈਲਫ ਰਿਸਪੈਕਟ ਹੈ ਬਜ਼ੁਰਗ ਆਦਮੀ ਦੀ, ਇਹਨੂੰ ਆਪਣੇ ਬਾਪ ਨਾਲ ਪਿਆਰ ਹੈ, ਉਹਨੇ ਅਪਾਰਟਮੈਂਟ ਲਿਆ ਹੋਇਆ ਠੀਕ ਹੈ, ਥੋੜ੍ਹੀ ਜਿੰਨੀ ਆਪਣੀ ਵਾਈਫ ਨਾਲ ਸਖਤੀ ਕਰਨੀ ਕੋਈ ਬੁਰਾਈ ਨਹੀਂ ਹੈ, ਉਹਨੂੰ ਥੋੜ੍ਹੀ ਲਿਮਿਟ ਦੇਵੇ ਕਿ ਮੈਂ ਮੇਰਾ ਫਾਦਰ ਹੈ ਤੂੰ ਉਹਨੂੰ ਨਹੀਂ ਰੱਖ ਸਕਦੀ ਤੇ ਇਟਸ ਓਕੇ, ਇਹ ਉਹਦੇ ਨਾਲ ਆਪਣੇ ਫਾਦਰ ਨਾਲ ਟਾਈਮ ਬਿਤਾਉਣ, ਬਿਲਕੁਲ ਆਪਣਾ ਖੁਸ਼ੀ ਖੁਸ਼ੀ ਟਾਈਮ ਬਿਤਾਉਣ ਔਰ ਆਪਣੇ ਫਾਦਰ ਨੂੰ ਐਕਸਪਲੇਨ ਕਰ ਦੇਣ ਕਿ ਇਸ ਤਰ੍ਹਾਂ ਦੀ ਲੜਕੀ ਹੈ, ਆਮ ਸੋਰੀ ਜੋ ਵੀ ਹੈ, ਲੇਕਿਨ ਉਸਦੇ ਮਾਂ ਬਾਪ ਦੀ ਓਨੀ ਕਦਰ ਨਾ ਕਰੇ ਕਿਉਂਕਿ ਇਹ ਨਹੀਂ ਕਰਦੇ, ਕਿਉਂਕਿ ਜ਼ਮਾਨਾ ਅੱਜ ਇੰਨਾ ਨਹੀਂ ਹੈ ਕਿ ਤੁਸੀਂ ਐਸਾ ਨਾ ਬਣੋ ਕਿ ਤੁਹਾਡੀ ਮੂੰਹ ਤੇ ਇੱਕ ਗੱਲ ਤੇ ਕੁਛ ਪੇਟ ਮਾਰੇ ਤੇ ਦੂਜੇ ਅੱਗੋਂ ਹਾਜ਼ਰ ਕਰ ਦਿਓ, ਇੰਜ ਨਹੀਂ ਬਣਦਾ, ਇੰਜ ਕੰਮ ਨਹੀਂ ਹੁੰਦਾ, ਸੋ ਇਹਨਾਂ ਨੂੰ ਇੰਜ ਨਹੀਂ ਕਰਨਾ ਚਾਹੀਦਾ ਕਿ ਉੱਥੇ ਉਹਨਾਂ ਦੀ ਖਾਤਰਦਾਰੀ ਕਰਦਾ ਰਹੇ ਆਪਣੇ ਫਾਦਰ ਦੀ ਇਨਸਲਟ ਕਰਾਵੇ, ਇਹ ਥੋੜਾ ਥੋੜਾ ਪਿੱਛੇ ਹਟਣਾ ਸ਼ੁਰੂ ਕਰ ਦੇਣ ਕਿ ਠੀਕ ਹੈ ਤੂੰ ਮੇਰੇ ਬਾਪ ਦੀ ਰਿਸਪੈਕਟ ਨਹੀਂ ਕਰ ਸਕਦੀ, ਸੋ ਦੈਟਸ ਦਾ ਵੇ ਆਈ ਐਮ ਗੋਇੰਗ ਟੂ ਡੂ ਦੈਟ, ਔਰ ਐਸੀ ਕੋਈ ਗੱਲ ਨਹੀਂ, ਥੋੜ੍ਹੀ ਜਿਹੀ ਸਖਤੀ ਕਰਨ, ਔਰ ਇਤਨੀ ਸ਼ੱਕੀ ਮਿਜ਼ਾਜ ਔਰਤ ਹੈ ਤੇ ਬੈਠ ਕੇ ਗੱਲ ਕਰਨ, ਕੋਈ ਲਿਮਿਟ ਹੋਣੀ ਚਾਹੀਦੀ ਸ਼ੱਕ ਦੀ, ਕਿੰਨੀ ਵਾਰੀ ਆਪਣੇ ਦੋਸਤਾਂ ਦੇ ਸਾਹਮਣੇ ਕਵੇ ਕਿ ਮੇਰਾ ਹੋਮ ਮਿਨਿਸਟਰੀ ਤੋਂ ਮੇਰਾ ਫੋਨ ਆ ਗਿਆ, ਦੈਟਸ ਨਾਟ ਫਨੀ, ਹਰ ਚੀਜ਼ ਔਰਤ ਨੂੰ ਪੁੱਛੇ, ਅੱਜ ਕੱਲ੍ਹ ਬੱਚਿਆਂ ਨੂੰ ਨੀ ਕੋਈ ਪੁੱਛ ਸਕਦਾ ਤੇ ਉਹ ਆਪਣੇ ਆਦਮੀ ਨੂੰ ਇਸ ਤਰ੍ਹਾਂ ਦੇ ਸਵਾਲ ਕਰੇਗੀ, ਤੇ ਥੋੜ੍ਹੀ ਜਿੰਨੀ ਥੋੜ੍ਹਾ ਜਿੰਨਾ ਆਦਮੀ ਬੀ ਏ ਮੈਨ ਉਹਨੂੰ ਗੱਲ ਕਰੇ ਵੀ ਇਹ ਚੀਜ਼ ਠੀਕ ਨਹੀਂ ਹੈ, ਮੈਨੂੰ ਇਹ ਪਸੰਦ ਨਹੀਂ ਹੈ, ਓਕੇ ਤੁਸੀਂ ਦੇਖੋ ਬਾਕੀ ਕੀ ਕਹਿੰਦੇ ਨੇ, ਜੀ 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 ਤੁਹਾਡੇ ਵਿਊਵਰ, ਠੀਕ ਹੈ ਠੀਕ ਹੈ ਸੁਦਰਸ਼ਨ ਜੀ, ਥੈਂਕ ਯੂ ਸੋ ਮਚ, ਲੈਟਸ ਸੀ ਹੋਰ ਸਾਰੇ ਕੀ ਕਹਿੰਦੇ ਨੇ ਆਫਟਰ ਦਿਸ ਸਮਾਲ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ, ਕਿੰਨੀਆਂ ਸਾਰੀਆਂ ਗੱਲਾਂ ਅਸੀਂ ਇੱਥੇ ਯੂਨੋ ਬੜੀਆਂ ਸਾਰਿਆਂ ਦੇ ਸਵਾਲ ਆਉਂਦੇ ਹੈ ਜਿਨ੍ਹਾਂ ਦੇ ਰਾਹੀਂ ਸਾਨੂੰ ਧਿਆਨ ਆਉਂਦਾ, ਇਹ ਅਗਰ ਅਸੀਂ ਡੀਪਲੀ ਸੋਚੀਏ ਕਈ ਚੀਜ਼ਾਂ ਕੋਮਨ, ਬੜੀਆਂ ਸਾਰੀਆਂ ਸਿਚੁਏਸ਼ਨਸ ਡਿਫਰੈਂਟ ਹੁੰਦੀਆਂ, ਬਟ ਦੇਰ ਇਜ਼ ਅ ਕੋਮਨਨੈਸ ਕਿ ਅਸੀਂ ਜਦੋਂ ਬਹੁਤ ਮਨ ਨੂੰ ਖੱਜਲ ਕੀਤਾ ਹੋਏ, ਲਾਈਕ ਪਰੇਸ਼ਾਨ ਕੀਤਾ ਹੋਇਆ, ਐਂਕਸ਼ੀਅਸ ਕੀਤਾ ਹੋਇਆ, ਜਿਵੇਂ ਹੁਣ ਸੁਦਰਸ਼ਨ ਜੀ ਨੇ ਵੀ ਯੂਨੋ ਦੇ ਚਾਂਸਿਸ ਕਿ ਸ਼ੀ ਇਜ਼ ਜਸਟ ਫੀਅਰਫੁਲ, ਯੂਨੋ ਜੋ ਜੋ ਅਸੀਂ ਸੁਣਿਆ ਹੁੰਦਾ ਹੈ, ਭਾਵੇਂ ਅਸੀਂ ਕਹਿ ਰਹੇ ਹਾਂ ਸਾਨੂੰ ਇੰਟਰ ਰਿਲੀਜੀਅਸ ਵਿੱਚ ਕੋਈ ਪ੍ਰੋਬਲਮ ਨਹੀਂ ਹੈ, ਯੂਨੋ ਸਾਨੂੰ ਅੱਛਾ ਹੀ ਹੈ, ਹੀ ਇਜ਼ ਰਿਮੈਂਬਰਿੰਗ ਦਾ ਗੁੱਡ ਪਾਰਟ ਆਫ ਇਟ ਕਿ ਮੈਨੂੰ ਬਹੁਤ ਰਿਲੀਜੀਅਸ ਬੰਦਾ ਹੀ ਨਹੀਂ ਚਾਹੀਦਾ, ਬੀਵੀ ਨਹੀਂ ਚਾਹੀਦੀ ਸੀ, ਮੈਂ ਤਾਂ ਡਰਦਾ ਉਹਨਾਂ ਤੋਂ, ਮੈਂ ਜਸਟ ਦੈਟਸ ਵਾਟ ਹੀ ਸੈਡ, ਬਟ ਓਵਰਆਲ ਉਧਰੋਂ ਕੁੜੀ ਵੱਲੋਂ ਪਿਆਰ ਦੇ ਵਿੱਚ ਵਿਆਹ ਤਾਂ ਕੀਤਾ, ਬਟ ਇੰਨਾ ਡੀਪ ਰੂਟਡ ਕਈ ਚੀਜ਼ਾਂ ਹੈ ਕਿ ਕਲਚਰ ਡਿਫਰੈਂਸ, ਕਿ ਉਹਨੂੰ ਜਿਹੜਾ ਜਿਸ ਤਰ੍ਹਾਂ ਉਹ ਫਾਦਰ ਇਨ ਲਾਅ ਨੂੰ ਇਨਵਾਈਟ ਨਹੀਂ ਕਰ ਪਾ ਰਹੀ ਘਰ 'ਚ, ਜਾਂ ਫਿਰ ਯੂਨੋ ਬੇਬੀ ਸ਼ੀ ਇਜ਼ ਫੀਅਰਫੁੱਲ ਕਿ ਪਤਾ ਨਹੀਂ ਕਿਤੇ ਹੋਰ ਵਿਆਹ ਨਾ ਕਰ ਲਏ, ਐਂਡ ਆਲ ਦੈਟ, ਸੋ ਵੀ ਡੋਂਟ ਨੋ ਐਗਜੈਕਟਲੀ, ਬਟ ਕਿੰਨੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਅਸੀਂ ਐਂਕਸ਼ੀਅਸ ਹੁੰਦੇ ਹਾਂ, ਕਿਉਂਕਿ ਅਸੀਂ ਜਦੋਂ ਬਹੁਤ ਫੋਕਸ ਕਰਦੇ ਹਾਂ, ਮੈਨੂੰ ਧਿਆਨ ਆ ਰਿਹਾ ਕਿ ਬੜੇ ਸਾਰੇ ਹੋਰ ਵੀ ਸ਼ੋਜ਼ ਟੋਪਿਕਸ ਕਹਿ ਲਓ ਇੱਕ ਤਰ੍ਹਾਂ ਨਾਲ ਕੇਸਿਸ ਆਏ ਹੋਏ ਹਨ ਜਿਹਦੇ 'ਚ ਇੱਕ ਕੋਮਨਨੈਂਸ ਦਿਖ ਰਹੀ ਸੀ ਕਿ ਜਦੋਂ ਜਦੋਂ ਅਸੀਂ ਆਪਣੇ ਆਪ 'ਤੇ, ਆਪਣੇ ਰਿਸ਼ਤੇ ਦਾ ਰਿਲੇਸ਼ਨਸ਼ਿਪ 'ਤੇ, ਆਪਣੇ ਹਸਬੈਂਡ, ਮਤਲਬ ਜਦੋਂ ਮੇਰਿਆ ਮੇਰਾ ਮੇਰਾ ਕਰ ਰਹੇ ਹੁੰਦੇ ਹਾਂ ਨਾ, ਤਾਂ ਕਿੰਨਾ ਜ਼ਿਆਦਾ ਫੋਕਸ ਸਾਡੇ ਉੱਤੇ ਹੁੰਦਾ, ਔਰ ਉਹਦੇ ਵਿੱਚ ਖੱਜਲ ਖੁਆਰੀ ਹੈ, ਜਿਹੜਾ ਜਿਹਾ ਹਟਾ ਕੇ ਅਗਰ ਅਸੀਂ ਓਵਰਆਲ ਪਿਕਚਰ ਦੇਖੀਏ ਕਿ ਸਪੋਰਟ ਕਿੰਨੀ ਹੈ, ਸੋ ਵਟ ਆਈ ਐਮ ਟਰਾਇੰਗ ਟੂ ਸੇਜ਼ ਕਿ ਫਰੈਂਡਸ ਹੋਣੇ ਬੜੇ ਜ਼ਰੂਰੀ ਹੈ, ਕੁੜੀ ਦੇ ਫਰੈਂਡਸ, ਹਸਬੈਂਡ ਦੇ ਫਰੈਂਡਸ, ਦੋਨਾਂ ਦੇ ਕੋਮਨ ਫਰੈਂਡਸ, ਉਹ ਬਹੁਤ ਜ਼ਰੂਰੀ ਹੈ। ਅੱਜ ਖਾਸ ਤੌਰ 'ਤੇ ਮੈਨੂੰ ਇਹ ਧਿਆਨ ਆ ਰਿਹਾ ਕਿਉਂਕਿ ਅੱਜ ਬੜਾ ਬਿਊਟੀਫੁੱਲ ਸਵੇਰੇ, ਜਦੋਂ ਸਵੇਰੇ ਵੀ ਕਹਿ ਲਓ 12 ਵਜੇ, ਮਤਲਬ ਇਟਸ ਮਾਈ ਬਰਥਡੇ ਟੂਡੇ, ਸੋ 12 o'clock ਮੈਂ ਸਾਰਿਆਂ ਨੂੰ ਨਾ ਤੱਕ ਰਹੀ ਹਾਂ ਕਿ ਸੋ ਜਾਓ ਮੇਰੇ ਯੂਨੋ ਕਿਡਸ ਐਂਡ ਮਾਈ ਹਸਬੈਂਡ, ਕਿ ਕਿਉਂ 12 ਵਜੇ ਤੱਕ ਜਾਗ ਰਹੇ ਹੋ, ਇੱਕ ਟ੍ਰਡੀਸ਼ਨ ਜੀ ਫੈਮਿਲੀ ਦੀ ਬਣ ਗਈ ਹੈ ਕਿ 12 ਵਜੇ ਬਰਥਡੇ ਵਿਸ਼ ਕਰਕੇ ਫਿਰ ਸੋਣਾ, ਸੋ ਆਈ ਵਾਜ਼ ਲਾਈਕ ਕਿ ਜ਼ਬਰਦਸਤੀ ਜਾਗ ਰਹੇ ਹੋ, ਸਵੇਰੇ ਉੱਠ ਕੇ ਕਰ ਲੈਣਾ, ਸੋ ਜਾਓ, ਨਹੀਂ, 12 ਵਜੇ ਕੇਕ ਲੈਣ ਗਈ ਹੈ ਬੇਟੀ ਥੱਲੇ, ਐਂਡ ਦੈਨ ਵਾਟ ਆਈ ਰਿਲਾਈਜ਼ ਇਨ ਮਾਈ ਬੈਡਰੂਮ ਦੇ ਆਰ 8-9 ਪੀਪਲ ਕਮਿੰਗ, ਸੋ ਮਾਈ ਫਰੈਂਡਸ, ਬੱਚੇ, ਹਸਬੈਂਡਸ, ਸਾਰੇ ਕੇਕ ਲੈ ਕੇ ਕੈਂਡਲ ਜਲਾ ਕੇ ਪਹੁੰਚੇ ਹੋਏ ਆ, ਐਂਡ ਦੈਨ ਆਪੇ ਹੀ ਚਾਵਾਂ ਬਣਾ ਰਹੇ ਆ ਬੈਡਰੂਮ 'ਚ ਲੈ ਕੇ ਆ ਰਹੇ ਆ, ਐਂਡ ਸਾਰੇ 2 ਵਜੇ ਗਏ, ਸੋ ਇਨ ਅ ਵੇ ਇੱਕ ਸਰਕਲ ਚਾਹੀਦਾ, ਇੱਕ ਸਪੋਰਟ ਸਿਸਟਮ ਚਾਹੀਦਾ, ਉਹ ਬਹੁਤ ਜ਼ਰੂਰੀ ਹੈ, ਮਤਲਬ ਮੈਨੂੰ ਹਮੇਸ਼ਾ ਯੂ ਮਸਟ ਹੈਵ ਹਰਡ ਗਰਲਫਰੈਂਡਸ ਬੜੀ ਜ਼ਰੂਰੀ ਹੈ, ਫਰੈਂਡਸ ਬੜੇ ਜ਼ਰੂਰੀ ਹੈ, ਸੋ ਤੁਹਾਡੇ ਕੋਮਨ ਫਰੈਂਡਸ ਬੜੇ ਜ਼ਰੂਰੀ ਹੈ, ਤਾਂ ਸੋ ਦੈਟ ਯੂ ਸ਼ੇਅਰ ਮੋਰ ਟਾਈਮ ਟੂਗੈਦਰ, ਜਦੋਂ ਅਸੀਂ ਆਪਸ ਵਿੱਚ ਹੀ, ਉਹ ਕਹਿੰਦੇ ਕਦੀ ਗੱਲ ਹੀ ਨਹੀਂ, ਜਿਵੇਂ ਉਹਨੂੰ ਅਨੋਇੰਗ ਲੱਗ ਰਿਹਾ, ਜਿਵੇਂ ਸੁਦਰਸ਼ਨ ਜੀ ਨੇ, ਜਸਪ੍ਰੀਤ ਨੇ ਕਿਹਾ ਕਿ ਅਨੋਇੰਗ ਚੀਜ਼ਾਂ ਹਰ ਜਗ੍ਹਾ 'ਤੇ ਤੁਸੀਂ
ਕਿਸ ਤਰ੍ਹਾਂ ਕਹੋ ਕਿ ਹਾਂਜੀ ਮੈਂ ਕਾਮੇਡੀ ਹਿਊਮਰ ਵਿੱਚ ਲੈ ਗਿਆ ਉਹ ਸਾਰੀਆਂ ਚੀਜ਼ਾਂ, ਬਟ ਅਗਰ ਤੁਸੀਂ ਬੈਠ ਕੇ ਕਹਿੰਦੇ ਮੈਂ ਉਹਨੂੰ ਨਹੀਂ ਕਿਹਾ ਕਿ ਮੈਨੂੰ ਇੰਨੀ ਪਰੇਸ਼ਾਨੀ ਹੈ ਇਸ ਚੀਜ਼ ਦੀ, ਉਹ ਕਹੇਗੀ ਕਿਉਂ ਪਰੇਸ਼ਾਨੀ, ਤੁਹਾਨੂੰ ਕੀ ਪ੍ਰੋਬਲਮ ਹੈ, ਜਸਟ ਮੈਂ ਤਾਂ ਇਹੀ ਪੁੱਛ ਰਹੀ ਹਾਂ ਨਾ ਕਿੱਥੇ ਹੋ। ਪਰ ਬੈਠ ਕੇ ਅਗਰ ਕਹੋ ਕਿ ਦਿਸ ਇਜ਼ ਨੋਟ ਰਾਈਟ, ਯੂ ਹੈਵ ਟੂ ਸਿੱਟ ਟੂਗੈਦਰ, ਯੂ ਹੈਵ ਟੂ ਸਪੈਂਡ ਟਾਈਮ ਟੂਗੈਦਰ। ਸੋ ਇਹਦੇ ਨਾਲ ਕੀ ਹੋ ਰਿਹਾ ਜੋ ਮੈਨੂੰ ਸਮਝ ਆਈ ਉਹਨਾਂ ਦੀ ਕਿ ਉਹ ਅਵੋਇਡ ਹੀ ਕਰੀ ਜਾ ਰਹੇ ਹਨ ਟਾਈਮ, ਉਹ ਆਪਸ ਵਿੱਚ ਯੂ ਨੋ ਜਿੰਨਾ ਜ਼ਿਆਦਾ ਉਹ ਹੋਣਾ ਚਾਹੀਦਾ ਕਿ ਇਸ ਵੇਲੇ ਟਾਈਮ ਸਪੈਂਡ ਕਰਨਾ ਚਾਹੀਦਾ, ਹੀ ਇਜ਼ ਟਰਾਇੰਗ ਟੂ ਅਵੋਇਡ ਹਰ, ਜਾਂ ਫਿਰ ਫਾਦਰ ਕੋਲ ਜਾ ਕੇ ਸੋ ਜਾਂਦੇ ਆ, ਜਾਂ ਫਿਰ ਕੰਮ ਕਾਜ ਕਰਨ ਵਾਸਤੇ ਇੱਧਰ ਉੱਧਰ ਚਲ ਜਾਂਦੇ ਆ। ਸੋ ਮਿਨੀਮਾਈਜ਼ ਕਰ ਰਹੇ ਹਾਂ ਕਿ ਟਾਈਮ ਇਕੱਠੇ ਰਹਿਣਾ ਹੀ ਨਾ ਪਏ, ਇਸ ਤਰ੍ਹਾਂ ਤਾਂ ਦੂਰੀਆਂ ਵਧਦੀਆਂ ਜਾਣਗੀਆਂ। ਸੋ ਮੈਨੂੰ ਰਿਅਲਾਈਜ਼ ਇਨ ਅ ਵੇ ਯੂ ਨੋ ਧਿਆਨ ਆ ਰਿਹਾ ਸੀ ਕਿ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣਾ ਦਾਇਰਾ ਵਧਾਈਏ, ਰਾਦਰ ਦੈਨ ਜਸਟ ਮੈਂ ਮੀ ਮਾਈ ਕਿਡਸ ਮਾਈ ਹਸਬੈਂਡ ਐਂਡ ਦੈਟਸ ਇਟ। ਔਰ ਕਈ ਵਾਰੀ ਰਿਅਲਾਈਜ਼ ਵੀ ਨਹੀਂ ਹੁੰਦਾ, ਤੁਸੀਂ ਯੂ ਨੋ ਵਕੇਸ਼ਨ ਤੋਂ ਆਏ ਹੋ, ਮਿਲ ਵੀ ਨਹੀਂ ਰਹੇ ਹੋ, ਬਟ ਸਡਨਲੀ ਜਿਵੇਂ ਅੱਜ ਮੈਂ ਤੁਹਾਨੂੰ ਦੱਸਿਆ, ਸਵੇਰੇ ਵੀ ਨੌਕ ਨੌਕ ਇੱਕ ਹੋਰ ਫਰੈਂਡ ਫਲਾਸ ਲੈ ਕੇ ਬਿਫੋਰ ਵਰਕ ਯੂ ਨੋ ਅੱਧਾ ਪੌਣਾ ਘੰਟਾ ਕੰਮ ਤੋਂ ਪਹਿਲੇ 7 ਵਜੇ ਤੋਂ ਪਹਿਲੇ ਨਿਕਲਣਾ, ਇਟਸ ਨੋਟ ਈਜ਼ੀ, ਬਟ ਉਹ ਸਾਰੀਆਂ ਯਾਦ ਕਰਾਉਂਦੀਆਂ ਕਿ ਇਟਸ ਸੋ ਬਿਊਟੀਫੁਲ, ਯੂ ਨੋ ਯੂਰ ਲਾਈਫ ਇਜ਼ ਸੋ ਬਿਊਟੀਫੁਲ, ਯੂ ਆਰ ਸੋ ਬਲੈਸਡ। ਇਹ ਸਾਰੀਆਂ ਯਾਦਾਂ ਇੱਕ ਤਰ੍ਹਾਂ ਨਾਲ ਬਾਰ ਬਾਰ ਸਾਨੂੰ ਇਹ ਚੀਜ਼ ਰਿਅਲਾਈਜ਼ ਕਰਾਉਂਦੇ ਹੈ। ਸੋ ਲੈਟ ਮੀ ਸੀ ਹੋਰ ਸਾਰੇ ਕੀ ਕਹਿ ਰਹੇ ਹੈ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਮੈਂ ਜਸਪ੍ਰੀਤ ਗੱਲ ਕਰ ਰਹੀ ਹਾਂ। ਜਸਪ੍ਰੀਤ ਜੀ, ਸਵਾਗਤ ਹੈ, ਦੱਸੋ। ਹਾਂਜੀ, ਮੇਰਾ ਇਸ ਬਾਰੇ ਇਹੀ ਕਹਿਣਾ ਹੈ ਕਿ ਜਾਂ ਤਾਂ ਲੜਕਾ ਆਪਣੀ ਵਾਈਫ ਨਾਲ ਬਹਿ ਕੇ ਓਨੈਸਟਲੀ ਲਾਈਕ ਜੋ ਉਹਦੇ ਮਨ 'ਚ ਚੱਲ ਰਿਹਾ ਉਹਨੂੰ ਆਪਣੀ ਵਾਈਫ ਨਾਲ ਗੱਲ ਕਰਨੀ ਚਾਹੀਦੀ ਹੈ। ਜੀ ਬਿਲਕੁਲ। ਸੋ ਹਾਂਜੀ, ਸੋ ਸਟਿਲ ਜੇ ਕੁਛ ਨਹੀਂ, ਥੋੜ੍ਹਾ ਜਿਹਾ ਵੇਟ ਕਰਨ ਗੱਲਬਾਤ ਕਰਕੇ ਜੇ ਨਹੀਂ ਕੁਛ ਫਰਕ ਪੈਂਦਾ, I think ਜ਼ਿਆਦਾ ਇਸ ਚੀਜ਼ ਨੂੰ ਲੰਬਾ ਕਰਨ ਦੀ ਬਜਾਏ I think the divorce is the only thing which is left. Really? Yeah, because ਕਿਉਂਕਿ ਇੱਕ ਤਾਂ ਹੁਣ slowly ਉਹਨਾਂ ਨੂੰ ਲੱਗ ਰਿਹਾ ਕਿਉਂਕਿ ਸਾਰੇ ਸਟ੍ਰੈਸ 'ਚ ਆ ਰਹੇ ਆ, ਕਿਉਂਕਿ he is the only one who is in the stress right now, ਕਿਉਂਕਿ ਉਹਨੂੰ ਸਾਰਾ ਕੁਛ, ਕਿਉਂਕਿ ਉਹਨੇ ਆਪਣੇ ਡੈਡ ਨੂੰ ਵੀ, ਆਪਣੀ ਵਾਈਫ ਔਰ ਕਿਡਸ, ਸੋ ਹੀ ਇਜ਼ ਦ ਮੋਸਟ ਸਟ੍ਰੈਸ ਪਰਸਨ ਰਾਈਟ ਨਾਓ, ਸੋ ਰਾਈਟ। ਬਟ ਆਈ ਥਿੰਕ ਈਵਨ ਜਿਵੇਂ ਉਹਨਾਂ ਦੇ ਫਰੈਂਡ ਨੇ ਕਿਹਾ, ਦੈਨ ਦੈਟ ਮਾਈਟ ਬੀ ਫਾਈਨ ਟੂ, ਕਿ ਤੁਸੀਂ ਇੱਕ ਤਰ੍ਹਾਂ ਨਾਲ ਤੁਸੀਂ ਸੀਰੀਅਸ ਨਹੀਂ ਹੋ ਪਰ ਧਮਕੀ ਟਾਈਪ ਕਹਿ ਰਹੇ ਹੋ, ਕਿਉਂਕਿ ਪਰ ਉਸ ਤੋਂ ਪਹਿਲੇ ਤੁਸੀਂ ਜੋ ਪਹਿਲੇ ਗੱਲ ਕੀਤੀ ਕਿ ਬੈਠ ਕੇ ਉਹਨਾਂ ਨੂੰ ਦੱਸੋ ਤਾਂ ਸਹੀ ਕਿ ਮੈਨੂੰ ਇਹ ਇਸ਼ੂਜ਼ ਹੈ। ਇਫ ਯੂ ਡੋਨਟ ਟੈਲ ਹਰ, ਸਮਟਾਈਮਸ ਸ਼ੀ ਡਸਨਟ ਨੋ। ਯੈਸ ਯੈਸ, ਬਿਕਾਜ਼ ਕਿਉਂਕਿ ਹਸਬੈਂਡ ਵਾਈਫ ਦੇ ਰਿਲੇਸ਼ਨ ਦੇ ਵਿੱਚ ਯੂ ਹੈਵ ਟੂ ਟਾਕ ਟੂ ਯੋਰ ਵਾਈਫ অর ਹਸਬੈਂਡ, ਲਾਈਕ ਤੁਸੀਂ ਦੱਸਣਾ ਹੈ ਜੋ ਤੁਹਾਡੇ ਮਨ 'ਚ ਹੈ। ਅਸੀਂ ਬੜੀ ਵਾਰੀ ਸੋਚਦੇ ਹਾਂ ਉਹਨੂੰ ਆਪਣੇ ਆਪ ਕਿਉਂ ਨਹੀਂ ਧਿਆਨ ਆ ਰਿਹਾ, ਕਿਉਂਕਿ ਆਪਾਂ ਬਹੁਤ ਜ਼ਿਆਦਾ ਐਕਸਪੈਕਟ ਕਰਨ ਲੱਗ ਜਾਂਦੇ ਆ, ਬਟ ਐਕਸਪੈਕਟੇਸ਼ਨ ਕਰਨੀ ਚਾਹੀਦੀ ਹੈ, ਬਟ ਆਈ ਥਿੰਕ ਮੋਸਟ ਆਫ ਦੈਮ ਐਕਸਪੈਕਟੇਸ਼ਨ ਆਪਦੇ ਆਪ ਤੋਂ ਕਰਨੀ ਚਾਹੀਦੀ ਹੈ। ਸੋ ਆਈ ਥਿੰਕ ਹੀ ਹੈਜ਼ ਟੂ ਲਾਈਕ ਸਟੈਪ ਫੋਰਵਰਡ ਐਂਡ ਟਾਕ ਟੂ ਹਰ, ਕਿਉਂਕਿ ਜੇ ਉਹ ਇੱਕ ਦੂਜੇ ਨੂੰ ਪਿਆਰ ਕਰਦੇ ਆ, ਇਟਸ ਨੋਟ ਅ ਬਿਗ ਡੀਲ, ਜੇ ਪਿਆਰ ਹੈ ਤਾਂ ਸ਼ੀ ਵਿਲ ਅੰਡਰਸਟੈਂਡ। ਜੀ, ਥੈਂਕ ਯੂ ਸੋ ਮਚ ਜਸਪ੍ਰੀਤ, ਰੀਅਲੀ ਐਪਰੀਸ਼ੀਏਟ ਦਿਸ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਨਸੀਬ ਜੀ ਬਰਥਡੇ ਅੱਜ ਰਵਿੰਦਰ ਜੀ। ਥੈਂਕ ਯੂ, ਮੇਰਾ ਬਰਥਡੇ। ਹਾਂਜੀ, ਬਹੁਤ ਬਹੁਤ ਵਧਾਈਆਂ, ਹੁਣ ਫੇਰ ਤਾਂ ਲੰਬੀਆਂ ਉਮਰਾਂ ਹੋਣ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਬਸ ਇਹ ਪ੍ਰੋਬਲਮ ਆ, ਇੱਕ ਘਰੇ ਬਹੁਤ ਘਰੇ ਹੁੰਦੀਆਂ ਛੱਕ ਦੀਆਂ। ਹਾਂਜੀ, ਜਿਹੜੀ ਛੱਕ ਹੁੰਦੀ ਆ ਇਹੀ ਤਾਂ ਬਰਬਾਦ ਕਰਦੀ ਆ ਘਰ ਨੂੰ। ਜਿਹੜੇ ਸਹੀ ਇਸ ਤਰ੍ਹਾਂ ਦੇ ਹੁੰਦੇ ਆ, ਕੋਈ ਖਰਾਬ ਉਹਨਾਂ ਦੇ ਘਰ ਵੀ ਨਹੀਂ ਖਰਾਬ ਹੁੰਦੇ। ਪਤਾ ਹੁੰਦਾ ਵੀ ਚਲੋ ਜੇ ਸਹੀ ਕਹਿ ਰਹੀ ਹੈ, ਜੇ ਮੈਂ ਹਾਈ ਇਹੋ ਜਿਹਾ ਹੈ ਕਿ ਨਾ ਵੀ ਮੇਰੀ ਗਲਤੀ ਹੈ। ਹੁਣ ਜਦੋਂ ਭਾਈ ਦੀ ਕੋਈ ਗਲਤੀ ਨੀ, ਜੇ ਇਸ ਤਰ੍ਹਾਂ ਹੀ ਘਰ ਕਹੀ ਨਾ ਚੱਕੋ ਚੱਕ ਆਸੇ ਪਾਸੇ ਦੀਆਂ ਸਹੇਲੀਆਂ ਕਹਿ ਦਿੰਦੀਆਂ, ਜਾਂ ਬੰਦੇ ਵੀ ਕਈ ਬੁੜੀਆਂ ਨੂੰ ਕਹਿ ਦਿੰਦੇ, ਉਹ ਕਹਿ ਦਿੰਦੇ ਆ ਵੀ ਬੁੜੀਆਂ ਵੀ ਉਹ ਕਹਿੰਦੇ ਅਸੀਂ ਤਾਂ ਆਏ ਹਾਂ, ਸਾਡਾ ਮੇਰਾ ਬੰਦਾ ਉੱਥੇ ਗਿਆ ਆ ਕੀਤਾ, ਉਹ ਵੀ ਸ਼ੱਕ ਕਰਨ ਲੱਗ ਜਾਣਗੀਆਂ ਚੰਗੇ ਭਲੇ ਬੰਦੇ ਦੇ। ਕਈ ਸਹੀ ਹੁੰਦੇ ਆ, ਪਰ ਇਹ ਹੁਣ ਛੱਕ ਛੱਕ ਦੇ ਵਿੱਚ ਨਾ ਕੰਮ ਖਰਾਬ ਨਾ ਕਰੇ, ਇਹਦੀ ਮੰਮੀ ਨੂੰ ਭਾ ਲਵੇ, ਇਹ ਆਪ ਇਹਦੀ ਵਾਈਫ ਨੂੰ ਭਾ ਲਵੇ ਵੀ ਵੇਖ ਭਲੀਆ ਮਾਨਸੇ, ਤੂੰ ਐਂ ਸੋਚੇ ਵੀ ਪਹਿਲਾਂ ਤਾਂ ਆਪਾਂ ਲਵ ਮੈਚ ਕਰਾ ਲਈ, ਦੂਜਾ ਵੀ ਸਾਡੇ ਰਿਲੀਜਨ ਦੇ ਵਿੱਚ ਆ 4 ਵਿਆਹ ਕਰਾਉਣੇ ਜੀ, ਤੇ ਜੇ ਮੈਂ ਇਸ ਤਰ੍ਹਾਂ ਦਾ ਹੋਵਾਂ ਫਿਰ ਮੈਂ ਤਾਂ ਵਿਆਹ ਹੀ ਕਰਾ ਲੂੰ, ਮੈਂ ਜਾਊਂ ਕਿਉਂ ਕਿਤੇ। ਜੇ ਮੈਂ 4 ਵਿਆਹ ਕਰਾ, 3 ਵਿਆਹ ਕਰਾ ਸਕਦੇ ਆ ਪਾਕਿਸਤਾਨ 'ਚ, ਇੱਥੇ ਹੋਈ ਆ ਕਈਆਂ 3, ਇੱਕ 'ਚ ਕੰਮ ਕਰਦੀ ਆ ਦੇਖ ਕੇ ਚੋਦੀ ਮੇਰੇ ਘਰ ਵਾਲੇ ਨੇ, ਮੈਂ 34 ਸੀ ਤੇ ਮੈਂ ਤੈਨੂੰ ਪਤਾ ਨੀ ਵੀ 3 ਪਹਿਲਾਂ ਤੂੰ ਕਿਉਂ ਕਰਾਇਆ, ਬਸ ਕਹਿੰਦੀ ਕਿਸਮਤ ਤੇ ਇਸ ਤਰ੍ਹਾਂ ਇਹਨਾਂ ਦੇ ਹੈਗਾ, ਇਹਨੂੰ ਐ ਡਰਾਵਾ ਜਿਹਾ ਦੇ ਦੇਵੇ ਵੀ ਮੈਂ ਵਿਆਹ ਨੀ ਕਰਵਾਉਂਦਾ ਤੇ ਕਰਾ ਸਕਦਾ, ਸਾਡੇ ਕੋਈ ਸਾਡੇ ਹੈਗਾ ਵੀ ਬਾਕੀ
ਪਰ ਇੱਥੇ ਦਾ ਲਾਅ ਤੇ ਨਹੀਂ ਲਾਅ ਕਰਦਾ ਨਾ, ਲਾਅ ਤਾਂ ਨਹੀਂ ਇੱਥੇ, ਵੈਸੇ ਇੱਥੋਂ ਦਾ ਹੋਗਾ ਜੇ ਸਿਟੀ ਜਾਣਾ ਪ੍ਰੇਅਰ ਨਹੀਂ ਕਰਾ ਸਕਦਾ, ਪਰ ਉਹੀ ਉਹ ਚਲੋ ਹਾਂ ਉੱਥੇ ਜਾਊਗਾ ਤਾਂ ਕਰਾ ਸਕਦਾ, ਕੇਸਸ ਹੈਗੇ ਆ ਤੁਹਾਡੀ ਗੱਲ ਠੀਕ ਹੈ, ਲੋਕਾਂ ਨੇ ਯੂ نو ਉਸ ਆਪਣੀ ਉਸ ਹਿਸਾਬ ਨਾਲ ਹਾਂ ਵੀ ਥੋੜਾ ਜਿਹਾ ਕਹਿ ਕੇ ਵੇਖ ਲਵੇ ਇਹਨਾਂ ਦੇ ਵੀ ਮੈਂ ਚਲਿਆ ਜਾਊਂਗਾ ਪਾਕਿਸਤਾਨ ਦੇ ਡੈਡੀ ਨੂੰ ਲੈ ਜਾਊਂਗਾ, ਤੇ ਵੀ ਥੋੜਾ ਜਿਹਾ ਡਰ ਜੇ ਜੇ ਉਹਦਾ ਰੱਦਾ ਹੋਇਆ ਕੁੜੀ ਦਾ ਤੇ ਜੇ ਉਹਦਾ ਉਹ ਜਾਣ ਕੇ ਕਰਦੀ ਹੋਈ ਵੀ ਤਲਾਕ ਲੈਣਾ ਹੀ ਲੈਣਾ ਕੀ ਪਤਾ ਤਾਂ ਰੀਜ਼ਨ ਹੋਵੇ ਕੋਈ, ਤੇ ਮੈਂ ਕਹਾਂ ਤੇ ਮੈਨੂੰ ਆਪੇ ਤਲਾਕ ਦੇ ਵੀ ਮੈਂ ਨਾ ਦੇਵਾਂ ਜਿੱਦ ਹੁੰਦੀ ਕਈਆਂ ਦੀ, ਤੇ ਬਾਕੀ ਦੂਜਾ ਜਿਹੜਾ ਡੈਡੀ ਵਾਲੀ ਗੱਲ ਇਹ ਕਿ ਬੰਦਾ ਐਂ ਕਰੇ ਸ਼ੱਕ ਕਰਦੇ ਤੇ ਜਦੋਂ ਇਹ ਕੰਮ ਤੋਂ ਹੁੰਦਾ ਨਾ ਸਿੱਧਾ ਆਪਦੇ ਡੈਡੀ ਕੋਲੇ ਜਾਵੇ ਕਮਰੇ ਚ ਉੱਧਰ ਅਪਾਰਟਮੈਂਟ ਚ ਦੋ ਤਿੰਨ ਘੰਟੇ ਆਵੇ ਨਾ ਤੇ ਫੋਨ ਆਊਗਾ ਇਹਨੂੰ ਵੀ ਤੂੰ ਕਿੱਥੇ ਆ ਕੀ ਕਰਦਾ, ਇਹ ਡੈਡੀ ਦੇ ਕੰਨ ਨਾਲ ਫੋਨ ਲਾ ਦਿਆ ਕਰਿਆ ਇੱਥੇ ਬੈਠਾ ਮੈਂ ਡੈਡੀ ਕੋਲੇ ਆਇਆ ਡੈਡੀ ਨੂੰ ਕੁਛ ਦਵਾਈ ਚਾਹੀਦੀ ਹੈ ਜਾਂ ਆਹ ਚਾਹੀਦਾ, ਫਿਰ ਪਤਾ ਕੀ ਕਰੂਗੀ ਫਿਰ ਆਖੂਗੀ ਤੇ ਵੀ ਡੈਡੀ ਕੋਲੇ ਜ਼ਿਆਦੇ ਰਹਿੰਦਾ ਵੀ ਡੈਡੀ ਨੂੰ ਸ਼ਾਇਦ ਘਰੇ ਲਿਆਵੇ ਜਾਂ ਕੁਛ ਕਹਿਣੋ ਹੀ ਹਟ ਜਾਵੇ ਵੀ ਡੈਡੀ ਕੋਲੇ ਹੋਊਗਾ, ਤੇ ਦਿਮਾਗ ਚ ਇਹ ਗੱਲ ਵੜ ਜੂ ਵੀ ਹੁਣ ਡੈਡੀ ਕੋਲੇ ਹੋਊਗਾ, ਮਹੀਨਾ ਕਾ ਕਰਕੇ ਦੇਖੇ ਜਦੋਂ ਬਸ ਥੋੜਾ ਜਿਹਾ ਦੋਸਤਾਂ ਕੋਲੇ ਨਾ ਜਾਵੇ ਜੇ ਘਰ ਰੱਖਣਾ ਹੈ ਕੁੜੀ ਨੂੰ ਪਿਆਰ ਕਰਦਾ ਹੈ ਢਲਣਾ ਤਾਂ ਪੈਣਾ ਹੀ ਹੈ ਇੱਕ ਜਾਣੇ ਨੂੰ, ਤੇ ਉੱਥੇ ਜਾ ਕੇ ਡੈਡੀ ਕੋਲ ਸਿੱਧਾ ਜਾਵੇ ਤੇ ਚਾਰ ਕੰਮ ਦਾ ਦੋ ਤਿੰਨ ਘੰਟੇ ਜੇ ਉਹ ਫੋਨ ਕਰੂਗਾ ਡੈਡੀ ਦੇ ਕਰਨਾ ਫੋਨ ਲਾ ਦੇ ਮੈਂ ਤਾਂ ਇੱਥੇ ਆਉਣਾ ਕਿਤੇ ਮੈਂ ਜਾਂਦਾ ਨੀ ਗਾ, ਮੇਰਾ ਪਿਓ ਆ ਤੂੰ ਵੀ ਜਾਂਦੀ ਹੈ ਤੂੰ ਆਪਦੇ ਪਿਓ ਮਾਂ ਕੋਲ ਜਾ ਤੇ ਮੈਂ ਆਪਦੇ ਡੈਡੀ ਦਾ ਜੀ ਲਾਉਣਾ ਹੈ ਇਕੱਲਾ, ਤੇ ਉਹ ਜਦ ਡੈਡੀ ਦੇ ਕਰਨਾ ਫੋਨ ਲਾਤਾ ਹਾਂ ਉਹ ਪੁੱਤ ਬੇਟਾ ਨਾ ਨਸੀਬ ਜੀ ਹਾਂ ਵੀ ਮੇਰੇ ਕੋਲੇ ਆਇਆ ਹੈ, ਠੀਕ ਹੈ ਨਸੀਬ ਜੀ ਚਲੋ ਵਧੀਆ ਲੈਟਸ ਸੀ ਉਹ ਵੀ ਕਰਕੇ ਦੇਖ ਲੈਣਗੇ, ਐਂਡ ਉਹੀ ਹੈ ਪਹਿਲੇ ਬਹੁਤ ਜ਼ਰੂਰੀ ਬਹੁਤ ਸਾਰੇ ਅਸੀਂ ਬੜੇ ਬੰਦੇ ਸਾਨੂੰ ਸੁਣ ਰਹੇ ਹੁੰਦੇ ਹਾਂ ਸਾਰੀਆਂ ਗੱਲਾਂ ਕਰ ਰਹੇ ਹਾਂ ਕਿ ਬੜਾ ਜ਼ਰੂਰੀ ਹੈ ਪਹਿਲਾ ਰੀਜ਼ਨ ਕਿ ਤੁਹਾਨੂੰ ਲੱਗੇ ਕਿ ਅਜ਼ਿਊਮ ਜਿਹੜਾ ਅਸੀਂ ਕਰਦੇ ਹਾਂ ਨਾ ਕਿ ਹਾਂ ਉਹ ਇੰਜ ਮੈਂ ਦੱਸਿਆ ਨਹੀਂ ਉਹਨੂੰ ਕਿ ਮੈਂ ਇਸ ਚੀਜ਼ ਤੋਂ ਇੰਨਾ ਪ੍ਰੋਬਲਮ 'ਚ ਹਾਂ, ਮੈਂ ਕਿਹਾ ਠੀਕ ਹੈ ਨਹੀਂ ਯੂ نو ਇਕੱਠੇ ਰਹਿ ਸਕਣਗੇ ਮੈਂ ਅਪਾਰਟਮੈਂਟ ਲੈਤਾ, ਸੋ ਤੁਸੀਂ ਵੀ ਮਤਲਬ ਰਾਜ਼ੀ ਹੋ ਉਸ ਗੱਲ ਵਿੱਚ ਤੁਸੀਂ ਕੋਈ ਇਤਰਾਜ਼ ਨਹੀਂ ਕੀਤਾ, ਸੋ ਹਾਊ ਡਸ ਸ਼ੀ ਨੋ ਕਿ ਇਹ ਤੁਹਾਨੂੰ ਸਿਸਟਮ ਠੀਕ ਨਹੀਂ ਲੱਗ ਰਿਹਾ, ਯੂ ਹੈਵ ਟੂ ਸਿੱਟ ਡਾਊਨ ਐਂਡ ਸੇ ਕਿ ਇਹ ਸਿਸਟਮ ਵੀ ਨਹੀਂ ਠੀਕ ਲੱਗ ਰਿਹਾ, ਔਰ ਜਿਹੜਾ ਤੂੰ ਘੜੀ ਮੁੜੀ ਫੋਨ ਕਰਦੀ ਹੈ ਔਰ ਚੈੱਕ ਕਰਦੀ ਹੈ ਮੈਨੂੰ ਉਹ ਵੀ ਮੈਨੂੰ ਸਿਸਟਮ ਨਹੀਂ ਠੀਕ ਲੱਗ ਰਿਹਾ, ਸੋ ਅਗਰ ਉਹਦੀ ਕੋਈ ਇਨਸਿਕਿਉਰਿਟੀ ਹੈ ਤਾਂ ਕੋਸ਼ਿਸ਼ ਕਰੋ ਦੂਰ ਕਰਨ ਦੀ, ਗੱਲ ਕਰੋ ਵੀ ਹਾਂਜੀ ਦੱਸੋ ਕਿਉਂ, ਅਗਰ ਵਾਕਈ ਉਹਦੇ ਦਿਮਾਗ 'ਚ ਕੁਛ ਐਸਾ ਹੈਗਾ ਤਾਂ ਟੋਕ ਮਤਲਬ ਗੱਲ ਕਰਨਾ ਬਹੁਤ ਜ਼ਰੂਰੀ ਹੈ, ਕਨਵਰਸੇਸ਼ਨ ਇਜ਼ ਅ ਹਿਊਜ ਹਿਊਜ ਕਮਿਊਨੀਕੇਸ਼ਨ ਇਜ਼ ਅ ਸੋਲਿਊਸ਼ਨ ਟੂ ਸੋ ਮੈਨੀ ਥਿੰਗਸ, ਬਟ ਵੀ ਹੈਵ ਟੂ ਸਟਾਰਟ ਫਰੋਮ ਦੇਅਰ, ਫਿਰ ਦੇਖੋ ਕੀ ਹੈਗਾ ਦਿਮਾਗ, ਅਜ਼ਿਊਮ ਕਰਕੇ ਹੀ ਕਿ ਹਾਂ ਇੰਝ ਚੱਲੀ ਜਾ ਰਿਹਾ ਉਹ ਜਿਹੜਾ ਹੈ ਨਾ ਦੈਟਸ ਅ ਬਿਗ ਨੋ ਨੋ, ਅਸੀਂ ਹਮੇਸ਼ਾ ਗੱਲ ਕਰਦੇ ਹਾਂ ਇਹਦੇ ਬਾਰੇ, ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਕਮ ਬੈਕ ਯੂ ਡੋਂਟ ਗੋ ਐਨੀਵੇਅਰ। ਸਾਰਿਆਂ ਦਾ ਫਿਰ ਸਵਾਗਤ ਹੈ, ਬੜੀਆਂ ਸਾਰੀਆਂ ਗੱਲਾਂ ਜਿਹੜੀਆਂ ਕਰਨ ਵਾਲੀਆਂ ਨੇ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਅਰਵਿੰਦ, ਸਤਿ ਸ੍ਰੀ ਅਕਾਲ, ਗਿਆਨ ਸਿੰਘ ਬੋਲ ਰਿਹਾ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਗਿਆਨ ਸਿੰਘ ਜੀ, ਦੱਸੋ। ਜੋ ਮੈਂ ਸਮਝ ਰਿਹਾ ਹੈਗਾ, ਪਹਿਲੀ ਤਾਂ ਗੱਲ ਇਹਨਾਂ ਨੇ ਇਹਨਾਂ ਦਾ ਬੇਸ ਹੀ ਗਲਤ ਹੈਗਾ ਹਨਾ, ਅਸੀਂ ਲੋਕ ਇਹਨਾਂ ਮੁਲਕਾਂ 'ਚ ਜਾ ਕੇ ਇਹਨਾਂ ਦੀ ਰੀਸਤ ਕਰਦੇ ਹਾਂ, ਪਰ ਅਸੀਂ ਉਹ ਉਹਨਾਂ ਦੀ ਜੋ ਕਰਦੇ ਆਪਾਂ ਉਹ ਕਰ ਨਹੀਂ ਸਕਦੇ ਹਨਾ, ਤੇ ਇਹਨਾਂ ਵਾਸਤੇ ਡਿਵੋਰਸ ਕਰ ਦੇਣਾ ਨਾ ਕਰ ਦੇਣਾ ਕੋਈ ਖਾਸ ਭੂਤਿਕਾ ਗਿਣੀ ਜਾਂਦੀ, ਜਿਹੜੇ ਸਾਡੇ ਕਲਚਰ ਆ ਅਸੀਂ ਇਹਨੂੰ ਬਹੁਤ ਵੱਡਾ ਸਮਝਦੇ ਹਾਂ ਨਾ ਜੀ, ਉਹ ਕਰਨਾ ਨਹੀਂ ਚਾਹੁੰਦੇ ਇਹੀ ਕਹਿ ਰਹੇ ਹੈ ਕਿ ਮੈਂ ਨਹੀਂ ਕਰਨਾ ਚਾਹੁੰਦਾ, ਮੈਂ ਧਮਕੀ ਵਾਕਣ ਦਵਾਂ ਤੇ ਉਹ ਕਿਤੇ ਐਕਸੈਪਟ ਕਰ ਲੈ, ਡਿਵੋਰਸ ਨਹੀਂ ਅਸੀਂ ਕਰਨਾ ਨੇਗਾ ਜੀ। ਮੇਰਾ ਦੂਜਾ ਮਤ ਦੇਖਣਾ ਵੀ ਜਿਹੜਾ ਇੰਟਰਕਾਸਟ ਵੀ ਸਾਡਾ ਹੈਗਾ ਨਾ, ਸਾਡੇ ਧਰਮਾਂ ਦਾ ਬਹੁਤ ਫਰਕ ਹੈ, ਜੇ ਧਰਮ ਦੇ ਤੌਰ ਤੇ ਜਾਈਏ ਤਾਂ ਨਾ, ਮੁਸਲਮ ਚ ਹਿੰਦੂ ਸਿੱਖ ਧਰਮ ਚ ਇੱਕ ਬਹੁਤ ਜ਼ਿਆਦਾ ਡਿਫਰੈਂਸ ਹੈਗਾ ਹਨਾ, ਇਹ ਉਹ ਹੋਰ ਤਰ੍ਹਾਂ ਮੰਨਦੇ ਸੀ ਹੋਰ ਤਰ੍ਹਾਂ ਮੰਨਦੇ ਆ, ਅਜੇ ਹਿੰਦੂ ਸਿੱਖ ਦਾ ਹੋਵੇ ਤਾਂ ਕੋਈ ਰਲਦੀ ਮਿਲਦੀ ਗੱਲ ਹੋ ਜਾਂਦੀ ਹੈ, ਚਲੋ ਜੇ ਇਹਨਾਂ ਕਰ ਵੀ ਲਿਆ ਤਾਂ ਕੁਝ ਸੋਚ ਕੇ ਕੀਤਾ ਹੋਊਗਾ ਨਾ, ਹੁਣ ਉਹਦੇ ਬਾਰੇ ਇਹਨਾਂ ਨੂੰ ਕੁਝ ਪ੍ਰੋਬਲਮ ਦਿਖ ਨਹੀਂ ਰਹੀ, ਬਟ ਉਹੀ ਹੈ ਕਿ ਅੰਡਰਨੀਥ ਹੁੰਦੀ ਹੈ, ਅਸੀਂ ਲੋਕੀ ਉਸ ਚੀਜ਼ ਨੂੰ ਅਵੋਇਡ ਇਗਨੋਰ ਕਰਦੇ ਰਹਿੰਦੇ ਆ। ਠੀਕ ਹੈ ਚਲੋ ਇਹ ਵੀ ਗੱਲ ਮੰਨ ਲੈਂਦੇ ਹਨਾ, ਨਹੀਂ ਹੈਗੀ। ਦੂਜੀ ਗੱਲ ਇਹ ਹੈਗੀ ਵੀ ਹੁਣ ਜੇਕਰ ਇਹਨਾਂ ਨੇ ਕਰ ਲਿਆ ਤੇ ਜੇ ਉਹ ਔਰਤ ਦੇ ਕੋਈ ਮਨ ਵਿੱਚ ਭਰਮ ਵਹਿਮ ਹੈਗਾ ਤੇ ਇਹਨੂੰ ਉਹਨੂੰ ਪਿਆਰ ਨਾਲ ਢੰਗ ਤਰੀਕੇ ਨਾਲ ਹੀ ਸਮਝਾਉਣਾ ਚਾਹੀਦਾ, ਨਾ ਕਿ ਆਕੜ ਦੇ ਨਾਲ, ਠੀਕ ਨਹੀਂ, ਉਹਦਾ ਸ਼ੰਕਾ ਇਹਨੂੰ ਦੂਰ ਕਰਨਾ ਚਾਹੀਦਾ ਜਿਸ ਕਰਕੇ ਕੋਈ ਪ੍ਰੋਬਲਮ ਆਉਂਦੀ ਹਨਾ। ਠੀਕ ਹੈ, ਜੇ ਇਹ ਸਾਫ਼ ਹੈ ਇਹ 'ਚ ਕੋਈ ਐਸੀ ਗੱਲ ਨਹੀਂ ਹੈਗੀ ਤੇ ਫਿਰ ਇਹ ਨਹੀਂ, ਫੇਰ ਡਰਦਾ ਕਿਉਂ ਇਹ, ਉਹਦੀ ਉਹਦੀ ਤਸੱਲੀ ਕਰਾ ਲਵੇ, ਠੀਕ ਨੀ ਉਹਦੀ ਜੀ, ਬਿਲਕੁਲ ਛੇ ਵੀ ਤੈਨੂੰ ਕੀ ਪ੍ਰੋਬਲਮ ਹੈਗੀ ਆ, ਉਹਨਾਂ ਪਿਆਰ ਨਾਲ ਗੱਲ ਕਰੇ ਨਾ ਕਿ ਧਮਕੀ ਦੇ ਕਰੇ ਨਾ ਕਿ ਹੋਰ ਕੀ ਡਰ ਦੇ ਕੇ, ਠੀਕ ਨਹੀਂ, ਠੀਕ ਹੈ ਗਿਆਨ ਸਿੰਘ। ਹਾਂ ਉਹਨੂੰ ਪਿਆਰ ਨਾਲ ਹੀ ਸਮਝਾ ਕੇ ਉਹਦਾ ਸ਼ੱਕ ਦੂਰ ਕਰ ਦਵੇ ਤੇ ਬਸ ਠੀਕ ਹੈ, ਇੱਡੀ ਵੱਡੀ ਗੱਲ ਹੈ ਨੀ ਹੈਗੀ,
ਉਹਦੇ ਮਨ ਚ ਕੋਈ ਵਹਿਮ ਬੈਠਾ ਹੈ ਕਿ ਲੜਕੀ ਜਿਹੜੀ ਹੈਗੀ ਆ ਤੇ ਇਹਨੂੰ ਉਹਦਾ ਭਰਮ ਕੱਢ ਦੇਵੇ ਹੈ, ਤੇ ਜੇ ਇਹ ਠੀਕ ਆ, ਜੇ ਇਹ ਚ ਕੋਈ ਵਾਕਿਆ ਕੋਈ ਨੁਕਸ ਹੈਗਾ ਹੀ ਆ ਤੇ ਫਿਰ ਆਪਣਾ ਮੰਨ ਲਵੇ ਜਾਂ ਰਿਮੂਵ ਕਰ ਲਵੇ। ਹੁਣ ਐਵੇਂ ਜੀ ਦੇਖੋ, ਵੈਸੇ ਬਿਲਾ ਵਜ੍ਹਾ ਤਾਂ ਕਿਸੇ ਤੇ ਵਹਿਮ ਨਹੀਂ ਕਰ ਹੁੰਦਾ, ਗੱਲ ਕੋਈ ਹੁੰਦੀ ਵੀ ਆ, ਜੇ ਭੁਲੇਖਾ ਵੀ ਉਹਨੂੰ ਹੈਗਾ ਤੇ ਕੱਢ ਦੇਵੇ ਉਹਦਾ। ਗੁੱਸੇ ਰਾਜ ਵੀ ਹੋ ਜਾਇਦਾ, ਫਿਰ ਸ਼ੰਕਾ ਕੱਢ ਲਈਦਾ, ਚੱਲਦਾ ਹੀ ਹੈ ਨਾ। ਤੇ ਹੁਣ ਜੇ ਉਹਦੇ ਚਲੋ ਜਿਹੜੀ ਔਰਤ ਹੈਗੀ ਆ, ਇਹਦੀ ਹਸਬੈਂਡ ਦੀ ਵਾਈਫ ਹੈਗੀ ਆ, ਤੇ ਉਹਨੂੰ ਢੰਗ ਤਰੀਕੇ ਨਾਲ ਭਾਈ ਸਮਝਾ ਦੇਵੇ ਠੀਕ ਹੈ, ਤੇ ਐਡੀ ਤੇ ਗੱਲ ਨਹੀਂ ਹੈਗੀ ਕੋਈ। ਬਹੁਤ ਵਧੀਆ ਗਿਆਨ ਸਿੰਘ ਜੀ, ਐਕਸਪੀਰੀਅੰਸ ਤੋਂ ਤੁਸੀਂ ਬੋਲ ਰਹੇ ਹੋ, ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ 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 ਰਵਿੰਦਰ ਜੀ, ਸਤਿ ਸ਼੍ਰੀ ਅਕਾਲ। ਸੁਰਜੀਤ ਜੀ ਕੀ ਕਹਿੰਦੇ ਹੋ? ਸਤਿ ਸ਼੍ਰੀ ਅਕਾਲ। ਬੜਾ ਬੜਾ ਪਿਆਰ ਤੇ ਤੁਹਾਡੇ ਤੇ ਮੁੱਦੇ ਵੱਲੇ ਹੀ ਹੁੰਦੇ ਹੈਗੇ ਹਨਾ। ਚਲੋ ਇਹ ਸ਼ੱਕ ਦੀ ਧਾਰ ਆ ਹਨਾ। ਹਾਂਜੀ, ਸ਼ੱਕ ਜਿਹੜੀ ਹੁੰਦੀ ਹੈ ਨਾ ਪੱਥਰਾਂ ਨੂੰ ਪਾੜ ਦਿੰਦੀ ਆ। ਸਹੀ ਕਹਿੰਦੇ ਜੀ, ਸਹੀ ਕਹਿੰਦੇ ਹੋ। ਹਾਂ, ਜਿਹੜੀ ਸ਼ੱਕ ਹੁੰਦੀ ਹੈ ਨਾ ਪੱਥਰਾਂ ਨੂੰ ਪਾੜ ਦਿੰਦੀ ਆ, ਜੇ ਸ਼ੱਕ ਨਹੀਂ ਕਰਨੀ ਚਾਹੀਦੀ। ਚਲੋ ਜੇ ਕਰਾ ਹੀ ਲਿਆ ਤੇ ਫੇਰ ਕੀ ਆ, ਹੁਣ ਘੁੰਮ ਕੇ ਵਸਣ, ਕਾਹਨੂੰ ਕਿਸੇ ਨੂੰ ਚੱਟ ਕਰਨਾ। ਬਿਲਕੁਲ, ਥੈਂਕ ਯੂ ਸੋ ਮਚ ਸੁਰਜੀਤ ਜੀ, ਬਹੁਤ ਵਧੀਆ ਗੱਲ ਕਹੀ ਹੈ ਕਿ ਜਿਹੜਾ ਸ਼ੱਕ ਹੈ ਨਾ ਉਹ ਬਹੁਤ ਕੌਸਟਿਕ ਹੈ ਰਿਲੇਸ਼ਨਸ਼ਿਪਸ ਨੂੰ, ਲਾਈਵਸ ਨੂੰ, ਆਪਣੇ ਅੰਦਰੋਂ ਵੀ ਨਾ ਅਸੀਂ ਪਹਿਚਾਣਦੇ ਨਹੀਂ ਹੈ, ਉਹ ਖਾ ਜਾਂਦਾ। ਸੋ ਇਸ ਚੀਜ਼ ਨੂੰ ਇਗਨੋਰ ਨਹੀਂ ਕਰਨੀ ਚਾਹੀਦੀ ਵੀ ਚਲੀ ਜਾ ਰਿਹਾ ਪ੍ਰੋਗਰਾਮ, ਇਸ ਤਰ੍ਹਾਂ ਹੀ ਉਹਨੂੰ ਡੀਲ ਕਰੋ, ਉਹਦੇ ਨਾਲ ਫੇਸ ਕਰੋ, ਉਹਦੇ ਨਾਲ ਗੱਲ ਕਰੋ। ਉਹਦਾ ਵਹਿਮ ਹੈ ਜਿਵੇਂ ਗਿਆਨ ਸਿੰਘ ਜੀ ਨੇ ਕਿਹਾ, ਅਤੇ ਕੌਂਸਲਿੰਗ ਕਰਾਓ, ਭਾਵੇਂ ਥੈਰੇਪੀ ਕਰਾਓ, ਅਗਰ ਕੋਈ ਰੀਜ਼ਨ ਦੇ ਰਹੇ ਹੋ ਤੁਸੀਂ ਦੈਨ ਜਸਟ ਕਰੈਕਟ ਯੋਰ ਸੈਲਫ, ਨਾਲ ਤੁਸੀਂ ਕਹਿੰਦੇ ਹੋ ਮੈਂ ਛੋੜਨਾ ਨਹੀਂ ਚਾਹੁੰਦਾ। ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ ਹੈਲੋ ਅਰਵਿੰਦ, ਸਤਿ ਸ਼੍ਰੀ ਅਕਾਲ, ਮਿਸਿਸ ਗਰੇਵਾਲ ਬੋਲ ਰਹੀ ਹਾਂ। ਥੈਂਕ ਯੂ ਫੋਰ ਕਾਲਿੰਗ ਮਿਸਿਸ ਗਰੇਵਾਲ, ਕੀ ਕਹਿੰਦੇ ਹੋ? ਇਹੋ ਜਿਹੇ ਜਿਹੜੇ ਮੁੱਦੇ ਹੁੰਦੇ ਨੇ ਬਹੁਤ ਔਖੇ ਜਿਹੇ ਲੱਗਦੇ ਹੁੰਦੇ ਨੇ, ਬਹਾਰਿੰਦਰ ਵੀ ਜਾਣਾ ਪੈਂਦਾ ਵੀ ਨੀ ਹੈਗਾ ਵੀ ਇੱਕ ਵਾਰ ਤੁਹਾਡੇ ਇੱਥੇ ਆਪਣੇ ਟੀਵੀ ਤੇ ਆਇਆ ਸੀਗਾ ਬਈ ਜਦੋਂ ਬਹਾਰਿੰਦਰ ਜਾਂਦਾ ਉਹ ਸ਼ੱਕ ਕਰਦੀ ਹੈ, ਸਾਰਿਆਂ ਨੇ ਵਿਊਰਸ ਨੇ ਸਲਾਹ ਦਿੱਤੀ ਵੀ ਇੱਕਣ ਕਰ ਲਓ ਭਾਈ ਤੂੰ ਨਾਲ ਲੈ ਕੇ ਚਲੇ ਜਾਏਗਾ, ਕੀੜਾ ਪਲ ਜਾਂਦਾ ਜਦ ਕੀੜਾ ਬਣ ਜਾਂਦਾ ਨਾ, ਇਹ ਬਣਨ ਤੋਂ ਪਹਿਲੀ ਰੋਕ ਲਿਆ ਜਾਵੇ, ਜਦ ਬਣ ਜਾਂਦਾ ਫਿਰ ਤਾਂ ਤੂੰ ਅਰਵਿੰਦ ਭੈਣ ਜੀ ਜਾਣ ਦੇ ਔਖੀ ਹੋ ਜਾਂਦਾ। ਅੱਛਾ, ਡਰ ਦੇ ਵਿੱਚ ਕਰਦੇ ਆ ਔਰ ਉਹਨੂੰ ਪਹਿਚਾਣਦੇ ਨੀ ਕਿ ਅਸੀਂ ਆਊਟ ਆਫ ਫੀਅਰ ਕਰ ਰਹੇ ਆ। ਹਾਂਜੀ ਹਾਂਜੀ, ਬਣ ਜਾਂਦੀ ਆ ਉਹ ਤਾਂ ਵਿਸ਼ਵਾਸ ਹੀ ਕੱਢ ਸਕਦਾ। ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ। ਹੋਰ ਮੈਂ ਕੁਇਕਲੀ ਕਾਲ ਲੈ ਲੈਣੀ ਆ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਮਨੀ ਜੀ, ਦੱਸੋ ਕੀ ਕਹਿੰਦੇ ਹੋ? ਪਹਿਲੇ ਤੇ ਵੈਰੀ ਹੈਪੀ ਬਰਥਡੇ ਟੂ ਯੂ। ਥੈਂਕ ਯੂ ਸੋ ਮਚ, ਥੈਂਕ ਯੂ, ਹੈਵ ਅ ਗ੍ਰੇਟ ਡੇ ਐਂਡ ਅ ਗ੍ਰੇਟ ਈਅਰ ਅਹੈਡ। ਥੈਂਕ ਯੂ। ਮੈਂ ਫਟਾਫਟ ਦੱਸ ਦਵਾਂ, ਆਈ ਨੋ ਤੁਹਾਡਾ ਟਾਈਮ ਓਵਰ ਹੋ ਰਿਹਾ ਹੈ। ਹਾਂਜੀ, ਤੇ ਪਹਿਲੀ ਗੱਲ ਤੇ ਫਾਈਨੈਂਸਿਸ ਦਾ ਧਿਆਨ ਰੱਖਣਾ, ਕਿਉਂਕਿ ਦੋ ਦੋ ਅਪਾਰਟਮੈਂਟ ਦਾ ਖਰਚਾ ਉਹ ਸਟ੍ਰੈਸ ਕ੍ਰੀਏਟ ਕਰ ਰਿਹਾ ਹੁਣੇ। ਰਾਈਟ, ਤੇ ਫਸਟ ਤੇ ਮੈਨੂੰ ਤਾਂ ਲੱਗਦਾ ਅਗਰ ਇੱਥੇ ਕੁਛ ਨਹੀਂ ਦੇਖ ਰਹੀ ਹੈ ਤੇ ਉਹਨਾਂ ਨੂੰ ਫਾਦਰ ਨੂੰ ਵਾਪਿਸ ਪਾਕਿਸਤਾਨ ਭੇਜ ਦੇਣਾ ਚਾਹੀਦਾ ਹੈ, ਉੱਥੇ ਵੈਸੇ ਵੀ ਜ਼ਿਆਦਾ ਇੰਜੋਏ ਕਰਨਗੇ। ਇੱਥੇ ਲਿਆ ਕੇ ਕੀ ਫਾਇਦਾ ਹੋ ਰਿਹਾ ਉਹਨਾਂ ਨੂੰ ਜੀ, ਤੇ ਉਹਦੇ ਨਾਲ ਹੀ ਅੱਗੇ ਤੋਂ ਜ਼ਿਆਦਾ ਸਟ੍ਰੈਸ ਚਲੇ ਜਾਏਗਾ। ਸੈਕਿੰਡਲੀ ਮੈਨੂੰ ਨਹੀਂ ਲੱਗਦਾ ਹੈ ਕਿ ਉਹ ਕੁੜੀ ਨੂੰ ਆਫਟਰ ਮੈਰਿਜ ਉਹਨੂੰ ਇਹ ਫੀਲ ਹੋ ਰਿਹਾ ਕਿ ਮੁਸਲਮਾਨ ਹੈ, ਉਹਨੂੰ ਪਹਿਲੇ ਵੀ ਪਤਾ ਸੀ ਜਦੋਂ ਉਹਨੇ ਵਿਆਹ ਕੀਤਾ ਕਿ ਮੁਸਲਮਾਨ ਹੈ, ਜਿੱਦਣ ਵਿਆਹ ਕਰ ਸਕਦਾ ਹੈ ਯੇ ਵੋ, ਤੇ ਹੁਣ ਇਹ ਵਨ ਸਾਈਡਡ ਹੈ ਤੇ ਇਸ ਲਈ ਮੈਂ ਕਿਹੜੀ ਸਾਈਡ ਲਾਂ ਕਿਹੜੀ ਨਾ ਲਾਂ ਮੈਨੂੰ ਸਮਝ ਨਹੀਂ ਆ ਰਹੀ। ਪਰ ਮਤਲਬ ਉਹੀ ਤਾਂ ਜਿਹੜੇ ਸਾਰੇ ਕਹਿ ਰਹੇ ਹੈ ਕਿ ਧਮਕੀ ਨਾਲ ਤੇ ਬਿਲਕੁਲ ਨਹੀਂ ਹੋਏਗਾ, ਅਗਲੇ ਦਿਨ ਹੀ ਡਾਇਵੋਰਸ ਹੋ ਜਾਏਗਾ।
ਧਮਕੀ ਨਾਲ ਨਹੀਂ ਚਲੇਗੀ ਇਹ ਗੱਲ, ਨਾਲੇ ਬਹੁਤ ਗਲਤ ਐਕਸਪੈਰੀਮੈਂਟ ਹੋਏਗਾ ਇਹ, ਤੇ ਸਮਝਾਉਣਾ ਹੀ ਪਏਗਾ ਉਹਨੂੰ, ਥੋੜਾ ਜਿਹਾ ਵਿਸ਼ਵਾਸ ਦਿਵਾਉਣਾ ਪਏਗਾ, ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕਾਮਨ ਫਰੈਂਡਸ ਹੋਣਗੇ ਤੇ ਉਹਦਾ ਟਰੱਸਟ ਵਧੇਗਾ, ਮੇਰੀ ਉਹਦੇ ਫਰੈਂਡਸ ਥੋੜੇ ਅਲੱਗ ਤਰ੍ਹਾਂ ਦੇ ਹੋਣਗੇ, ਮੇਰੀ ਹੁਣ ਉਹਦੇ ਫਰੈਂਡਸ ਪਸੰਦ ਨਹੀਂ ਹੈ, ਵਟ ਐਵਰ, ਸ਼ੀ ਇਜ਼ ਗੈਟਿੰਗ ਇਨਸਿਕਿਉਰਿਟੀ ਫਰੋਮ ਸਮਵੇਅਰ ਐਂਡ ਇਟ ਹੈਜ਼ ਨਾਟ ਨਥਿੰਗ ਟੂ ਡੂ ਵਿਦ ਬੀਇੰਗ ਮੁਸਲਿਮ, ਕਿਉਂਕਿ ਉਹਨੇ ਉਹਨੂੰ ਪਤਾ ਸੀ ਇਹ ਮੁਸਲਿਮ ਹੈ ਤਾਂ ਹੀ ਵਿਆਹ ਕੀਤਾ ਉਹਨੇ, ਤੇ ਇਹ ਪਹਿਲੇ ਦਾ ਗੱਲ ਨਹੀਂ ਹੈ, ਬਾਅਦ ਦੀ ਗੱਲ ਹੈ ਕੁਛ, ਠੀਕ ਹੈ ਮਨੀ ਜੀ, ਉਹਨਾਂ ਨੂੰ ਵੀ ਪਤਾ ਹੋਏਗਾ ਕੀ ਗੱਲ ਹੈ। ਨਹੀਂ, ਬੜੀਆਂ ਸਾਰੀਆਂ ਚੀਜ਼ਾਂ ਮਨੀ ਜੀ, ਇਹ ਵੀ ਹੁੰਦੀਆਂ ਕਿ ਕਈ ਵਾਰੀ ਨਾ ਅਸੀਂ ਖੁਦ ਕਿਉਂਕਿ ਦੌੜੀ ਜਾ ਰਹੇ ਹਾਂ, ਜ਼ਿੰਦਗੀ ਦੌੜਦੀ ਜਾ ਰਹੀ ਹੈ ਔਰ ਅਸੀਂ ਪਹਿਚਾਣਦੇ ਨਹੀਂ, ਆਪਣੀ ਮਨ ਦੀ ਆਵਾਜ਼ ਨਹੀਂ ਸੁਣਦੇ, ਕੁਛ ਨਾ ਕੁਛ ਸਕਾਰਸ ਹੈ, ਭਾਵੇਂ ਇੱਕ ਵਾਰੀ ਕੋਈ ਐਸੀ ਚੂਕ ਹੋ ਗਈ ਹੋਣੀ 7 ਸਾਲਾਂ 'ਚ, ਕੋਈ ਇਹਨੇ ਰੀਜ਼ਨ ਦਿੱਤਾ, ਫਾਈਨੈਂਸ਼ੀਅਲ ਸਟ੍ਰੈਸ ਹੈ ਸਭ ਤੋਂ ਵੱਡਾ, ਤੇ ਉਹ ਦੈਟਸ ਅ ਹਿਊਜ ਥਿੰਗ, ਯਾ ਇੱਕ ਇਹਨਾਂ ਨੂੰ ਸਟ੍ਰੈਸ, ਉੱਪਰੋਂ ਅਗਰ ਇੱਕ ਵੀ ਚਾਂਸ ਉਹਨੂੰ ਮਿਲਿਆ ਤੇ ਉਹ ਉਸੇ ਤਰ੍ਹਾਂ ਜੀ ਜਾ ਰਹੀ ਹੈ, ਇਹ ਵੀ ਉਹਨੂੰ ਕਵਰ ਅਪ ਕਰਨ ਵਾਸਤੇ ਫੋਨ ਵੀ ਕਰਾ ਦਿੰਦੇ ਆ, ਫੇਸ ਟਾਈਮ ਮਜ਼ਾਕ ਵੀ ਆਪਣੀ ਵੱਲੋਂ ਕਰ ਰਹੇ ਆ, ਪਰ ਅੰਦਰੋਂ ਮਜ਼ਾਕ ਨਹੀਂ ਰਿਹਾ। ਥੈਂਕ ਯੂ ਸੋ ਮਚ ਮਨੀ ਜੀ, ਰੀਅਲੀ ਐਪਰੀਸ਼ੀਏਟ ਦਿਸ। ਔਰ ਜਿਸ ਤਰ੍ਹਾਂ ਹੋਰ ਵੀ ਗੱਲਾਂ ਹੁੰਦੀਆਂ ਨਾ ਕਿ ਕਈ ਵਾਰੀ ਅਸੀਂ ਜਿਵੇਂ ਮਿਸਿਸ ਗ੍ਰੇਵਾਲ ਨੇ ਕਿਹਾ, ਬੜਾ ਮੁਸ਼ਕਿਲ ਹੈ, ਬੜਾ ਮੁਸ਼ਕਿਲ ਲੱਗ ਰਿਹਾ ਉਸ ਬੰਦੇ ਨੂੰ, ਔਰ ਸਪੈਸ਼ਲੀ ਮੈਨੂੰ ਲੱਗਦਾ ਇੰਨੀ ਦੇਰ ਤੁਸੀਂ ਇਹ ਕਰਦੇ ਵੀ ਰਹੋ ਕਿ ਹਾਂਜੀ ਫੇਸ ਟਾਈਮ ਕਰਾ ਰਹੇ ਹੋ, ਉਹਨੂੰ ਆਪਣੀ ਵੱਲੋਂ ਹਿਊਮਰ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਜਦਕਿ ਅੰਦਰੋਂ ਪਤਾ ਹੈ ਕਿ ਉਹ ਐਨੀਵੇ ਜੋਕ ਨਹੀਂ ਰਿਹਾ ਐਨੀ ਮੋਰ, ਅਨੋਇੰਗ ਹੋ ਚੁੱਕਾ, ਫਰਸਟ੍ਰੇਟਿੰਗ ਹੋ ਚੁੱਕਾ ਹੈ, ਐਂਡ ਤੁਸੀਂ ਅਵੋਇਡ ਕਰ ਰਹੇ ਹੋ ਟੂ ਬੀ ਵਿਦ ਦ ਵਾਈਫ। ਉਹ ਕਈ ਵਾਰੀ ਕੋਈ ਭਾਵੇਂ ਵਿਆਹ ਦੇ ਵਿੱਚ ਸਕਾਰਸ ਹੈਗੇ ਹੈ ਜਾਂ ਕੋਈ ਪਹਿਲੇ ਦੇ ਹੈਗੇ ਹੈ ਜਾਂ ਬਿਲੀਫ ਸਿਸਟਮ ਹੀ ਸਮਝ ਲਓ, ਕਿ ਅਸੀਂ ਕਹਿੰਦੇ ਤਾਂ ਹਾਂ ਕਿ ਇੰਟਰ ਰੇਸ਼ੀਅਲ ਇੰਟਰ ਰਿਲੀਜੀਅਸ ਸਾਨੂੰ ਕੋਈ ਫਰਕ ਨਹੀਂ ਪਿਆ, ਸਾਨੂੰ ਵੀ ਆਰ ਹੈਪੀ ਵਿਦ ਇਟ, ਬਟ ਕੋਈ ਬਿਲੀਫ ਸਿਸਟਮ ਹੈ ਜਿਹੜਾ ਦੋਨਾਂ 'ਚੋਂ ਕਿਸੇ ਦਾ ਅੱਗੋਂ ਯੂ ਨੋ ਆ ਕੇ ਮਿਲ ਰਿਹਾ, ਪਰ ਉਹਨੂੰ ਅਸੀਂ ਇਗਨੋਰ ਕਰ ਰਹੇ ਹਾਂ, ਅਸੀਂ ਉਹਨੂੰ ਪਹਿਚਾਣ ਨਹੀਂ ਰਹੇ। ਜਦ ਤੱਕ ਅਸੀਂ ਅਵੇਅਰ ਨਹੀਂ ਹੁੰਦੇ ਨਾ ਕਿ ਇਹ ਮੈਂ ਤਾਂ ਕਰ ਰਿਹਾ ਕਿਉਂਕਿ ਇਹ ਰੀਜ਼ਨ ਹੈ ਉਹਦਾ, ਜਿਵੇਂ ਸਮਝ ਲਓ ਉਹ ਫੀਅਰਫੁੱਲ ਹੈਗੀ ਹੈ ਜਾਂ ਇਹਨਾਂ ਨੇ ਕਾਰਨ ਹੀ ਦਿੱਤਾ ਹੈ, ਸਮਝੋ ਤਾਂ ਵੀ ਉਹ ਚੀਜ਼ ਹੀਲ ਹੋ ਗਈ, ਖਤਮ ਹੋ, ਅਗਰ ਹੀਲ ਹੋ ਗਈ ਹੁੰਦੀ ਤਾਂ ਖਤਮ ਹੋ ਗਈ ਹੁੰਦੀ, ਉਹ ਹੀਲ ਹੋਏ ਬਿਨਾਂ ਅਸੀਂ ਅੱਗੇ ਅੱਗੇ ਵੱਧਦੇ ਰਹਿੰਦੇ ਹਾਂ। ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਉਸ ਚੀਜ਼ ਨੂੰ ਡੀਲ ਕਰੀਏ, ਜੋ ਵੀ ਸਾਡੀ ਹਰਟ, ਸਾਡੀ ਯੂ ਨੋ ਇੱਕ ਤਰ੍ਹਾਂ ਨਾਲ ਚੋਟ ਲੱਗੀ ਹੁੰਦੀ ਹੈ। ਔਰ ਮਜ਼ੇ ਦੀ ਗੱਲ ਇਹ ਹੈ ਕਿ ਕੱਲ੍ਹ ਸਾਡੇ ਕੋਲ ਗੈਸਟ ਜਿਹੜੀ ਆ ਰਹੀ ਹੈ, ਯੰਗ ਰਾਈਟਰ ਹੈ, ਉਹਦੀ ਬੁੱਕ ਦਾ ਨਾਮ ਵੀ ਹੈਗਾ ਹੈ ਦ ਸਕਾਰਸ ਔਨ ਦ ਸੋਲ। ਉਹਦਾ ਕਹਿਣਾ ਵੀ ਇਹੀ ਹੈ ਕਿ ਅਸੀਂ ਸਾਰੇ ਦੌੜੀ ਜਾ ਰਹੇ ਹਾਂ, ਚਲੀ ਜਾ ਰਹੇ ਹਾਂ ਔਰ ਆਪਣਾ ਪੌਜ਼ ਨਹੀਂ ਕਰਦੇ ਕਿ ਅਸੀਂ ਆਪਣੇ ਜਿਹੜੇ ਰੂਹ ਦੇ ਜ਼ਖਮ ਹੈ ਉਹ ਇੱਕ ਵਾਰੀ ਹੀਲ ਕਰ ਲਈਏ, ਫਿਰ ਅਸੀਂ ਮੋਰ ਐਨਰਜੈਟਿਕ ਹੋ ਕੇ ਪੂਰੀ ਤਰ੍ਹਾਂ ਯੂ ਨੋ ਪੋਟੈਂਸ਼ੀਅਲ ਸਾਡਾ ਹੋਰ ਵੱਧ ਜਾਏਗਾ, ਫਿਰ ਅਸੀਂ ਅੱਗੇ ਵਧੀਏ। ਉਹ ਕਹਿੰਦੀ ਹੈ ਕਿ ਅਸੀਂ ਉਂਝ ਹੀ ਤੁਰੀ ਜਾ ਰਹੇ ਹਾਂ ਛੁਪਾ ਕੇ, ਇਗਨੋਰ ਕਰਕੇ, ਡਿਨਾਇਲ ਦੇ ਵਿੱਚ, ਤਾਂ ਕਰਕੇ ਸਾਡੀ ਪ੍ਰੋਡਕਟਿਵਿਟੀ ਔਰ ਹੈਪੀਨੈਸ ਜਿਹੜੀ ਹੈ ਉਹ ਬਹੁਤ ਉਹਦਾ ਇਫੈਕਟ ਪੈ ਰਿਹਾ। ਸੋ ਕੱਲ੍ਹ ਜ਼ਰੂਰ ਜੁਆਇਨ ਇਨ ਕਰਨਾ, ਸਕਾਰਸ ਔਨ ਦ ਸੋਲ ਬੁੱਕ ਲਿਖੀ ਹੈ ਬੜੀ ਯੰਗ ਬੱਚੀ ਆਪਣੀ ਸਰਦਾਰਨੀ ਮਨਪ੍ਰੀਤ ਕੌਰ ਟਾਈਗਰ ਨੇ, ਉਹ ਸਾਡੇ ਨਾਲ ਇੱਥੇ ਫਿਜ਼ੀਕਲੀ ਮੌਜੂਦ ਹੋਏਗੀ, ਸ਼ਿਲ ਬੀ ਆਰ ਗੈਸਟ, ਐਂਡ ਸਾਰੇ ਉਹਨਾਂ ਨੂੰ ਵੈਲਕਮ ਵਾਸਤੇ, ਉਹਨਾਂ ਦੇ ਨਾਲ ਗੱਲ ਕਰਨ ਵਾਸਤੇ, ਕੁਸ਼ਚਨਸ ਪੁੱਛਣ ਵਾਸਤੇ ਜ਼ਰੂਰ ਹਾਜ਼ਰ ਹੋਣਾ, ਕਿਉਂਕਿ ਉਹਦੀ ਬੁੱਕ ਯੂ ਨੋ ਇਟਸ ਵੈਰੀ ਇੰਸਪਾਇਰਿੰਗ ਕਿ ਜਦੋਂ ਇੱਕ ਯੰਗ ਬੱਚਾ ਬੁੱਕ ਲਿਖਦਾ ਹੈ, ਪਬਲਿਸ਼ ਕਰਦਾ ਹੈ ਆਪਣੀ ਕਮਿਊਨਿਟੀ ਦੇ ਵਿੱਚੋਂ, ਉਹਦੇ ਨਾਲ ਨਾਲ ਇੱਕ ਆਵਾਜ਼ ਹੈ ਉਹ ਇੱਕ ਯੰਗਸਟਰਸ ਦੀ, ਜਿਵੇਂ ਮੈਂ ਅਕਸਰ ਕਹਿੰਦੀ ਹਾਂ ਕਿ ਅਸੀਂ ਪੇਰੈਂਟਸ ਅਸੀਂ ਦੂਜੀ ਜਨਰੇਸ਼ਨ ਨਾਲ ਗੱਲ ਕਰ ਰਹੇ ਹਾਂ, ਸੋ ਦੋ ਜਨਰੇਸ਼ਨ ਦਾ ਆਪਸ ਵਿੱਚ ਜਿਹੜੀਆਂ ਗੱਲਾਂ ਹੈ ਉਹ ਕੱਲ੍ਹ ਇੱਥੇ ਜ਼ਰੂਰ ਹੋਣਗੀਆਂ, ਜ਼ਰੂਰ ਟਿਊਨ ਇਨ ਕਰਨਾ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।